पुकार टीवी के दर्शकों, मैं रिशपाल सिंह ते साडे पुकार टीवी नाल जुड़ रहे ने प्रोफेसर यशप्रीत कौर जी, जो कि खालसा कॉलेज ऑफ नर्सिंग दे विच अध्यापन की सेवा निभा रहे हैं। भैन जी यशप्रीत कौर जी, पुकार टीवी वालों तुहाडा स्वागत जी। धन्यवाद जी। भैन जी यशप्रीत कौर जी, बेनती अदा है कि समाज दे विच बीबियां दी बड़ी वड्डी सेवा हुंदी, वड्डी सेवा हुंदी है, ते जदों साडियां कोई भैणां कोई धीआं ओह कलम चुकदियां ने जां ओह कोई अपने बोलां दे नाल समाज नूं सही सेध दिंदियां ने, ते मन जिहड़ा है प्रसन्न हुंदा है कि साडियां बीबियां दी सेवा बहुत वड्डी है। इस करके असीं पुकार टीवी वल्लों अज तुहाडी सेवा लै रहे हां जी। ते पुकार टीवी के दर्शकों, असीं अज जिहड़ी गल करन जा रहे हां ओह है जी साडा अज दे समाज दा भखदा मसला विआह। विआह ने जां वपार है, विआह करना है ते निर्वाह करना है, इस विषय ते असीं अज गल करन जा रहे हां प्रोफेसर यशप्रीत कौर जी नाल। भैन जी, गल की शुरुआत आपां करिए भी कादर की बेअंत कुदरत है, ਉਹਦੇ ਵਿੱਚ ਦੋ ਪਾਤਰ ਨਜ਼ਰ ਆਉਂਦੇ ਨੇ। ਉਹਨਾਂ ਦੋ ਪਾਤਰਾਂ ਦੇ ਵਿੱਚ ਇੱਕ ਨਾਰਿਆ ਤੇ ਇੱਕ ਮਾਦਾ ਹੈ। ਇਹ ਦੋਵੇਂ ਲਗਭਗ ਸਾਰੀਆਂ ਜੁਨੀਆਂ ਦੇ ਵਿੱਚ ਹੈਗੇ ਨੇ, ਲਗਭਗ ਜੇ ਅਸੀਂ ਬਹੁਤੀ ਡੂੰਘਾਈ ਵਿੱਚ ਨਾ ਜਾਈਏ। ਪਰ ਮਨੁੱਖ ਜਿਹੜਾ ਉਹ ਸਮਾਜਿਕ ਜੀਵ ਹੋਣ ਕਰਕੇ, ਜਾਂ ਇੰਝ ਕਹੀਏ ਵੀ ਧਰਤੀ ਦਾ ਸਿਕਦਾਰ ਹੋਣ ਕਰਕੇ, ਇਸ ਦੇ ਕੋਲ ਕੁਝ ਵਾਧੂ ਖਜ਼ਾਨਾ ਵੀ ਹੈ। ਇਸ ਖਜ਼ਾਨੇ ਵਿੱਚ ਦੋ ਖਾਸ ਵਸਤਾਂ ਨੇ, ਉਹ ਹੈ ਜੀ ਸ਼ਰਮ ਤੇ ਧਰਮ। ਦੋ ਵਸਤਾਂ ਨੇ ਤੇ ਨਰ ਤੇ ਮਾਦਾ ਹਰੇਕ ਦੁਨੀਆਂ ਦੇ ਵਿੱਚ ਆਜ਼ਾਦ ਵਿਚਰਦੇ ਨੇ, ਪਰ ਮਨੁੱਖੀ ਸਮਾਜ ਨੇ ਇਹਨਾਂ ਦੇ ਇਕੱਠੇ ਰਹਿਣ ਦੇ ਕੁਝ ਸਲੀਕੇ ਤੇ ਤਰੀਕੇ ਜਿਹੜੇ ਨੇ ਉਹ ਮਿੱਥੇ ਹੋਏ ਨੇ। ਤੇ ਜਦੋਂ ਇਸ ਨਰ ਤੇ ਮਾਦਾ ਦੇ ਵੱਖ ਵੱਖ ਰਿਸ਼ਤੇ ਨੇ, ਭੈਣ ਭਰਾ ਦੇ ਰਿਸ਼ਤੇ ਨੇ, ਮਾਂ ਪੁੱਤ ਦੇ ਰਿਸ਼ਤੇ ਨੇ, ਪਰ ਜਦੋਂ ਪਤੀ ਤੇ ਪਤਨੀ ਦਾ ਰਿਸ਼ਤਾ ਤੈਅ ਕੀਤਾ ਜਾਂਦਾ ਹੈ ਤੇ ਉਹਨੂੰ ਸਮਾਜ, ਕਾਨੂੰਨ ਤੇ ਧਰਮ ਦੀ ਮਰਿਆਦਾ ਕੋਈ ਨਾ ਕੋਈ ਉੱਤੇ ਮੋਹਰ ਲਾਉਂਦੇ ਨੇ, ਤੇ ਫਿਰ ਇਹ ਰਿਸ਼ਤਾ ਜਿਹੜਾ ਅੱਗੇ ਤੁਰਦਾ ਹੈ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਇਹ ਜਿਹੜਾ ਵਿਆਹ ਹੈ, ਇਸ ਵਿਆਹ ਦੀ ਰੀਤ ਨੂੰ ਜਾਂ ਇਸ ਰਸਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਸ ਕਰਕੇ ਸਿੱਖ ਧਰਮ ਦੇ ਵਿੱਚ ਤੇ ਇਹਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਗਿਆ ਹੈ ਵੀ ਜ਼ਿੰਦਗੀ ਦੇ ਅੰਦਰ ਕੇਵਲ ਸੰਸਾਰਕ ਝਮੇਲੇ ਨਹੀਂ, ਉਹ ਰੂਹਾਨੀਅਤ ਇੱਕ ਆਨੰਦ ਵੀ ਬਣਨਾ ਚਾਹੀਦਾ ਹੈ ਤੇ ਸੇਵਾ ਸਿਮਰਨ ਦਾ ਸੁਮੇਲ ਵੀ ਹੋਣਾ ਚਾਹੀਦਾ ਹੈ। ਤੇ ਤੁਸੀਂ ਇਸ ਅੱਜ ਦੇ ਦੌਰ ਦੇ ਵਿੱਚ ਜਿਹੜਾ ਵਿਆਹ ਹੈ ਤੇ ਨਾਲ ਵਿਆਹ ਹੈ ਕਿ ਵਪਾਰ ਹੈ, ਇਹ ਤੇ ਤੁਹਾਡਾ ਕੀ ਵਿਚਾਰ ਹੈ? ਸਭ ਤੋਂ ਪਹਿਲਾਂ ਜੀ, ਪੁਕਾਰ ਟੀਵੀ ਦੇ ਦਰਸ਼ਕਾਂ ਦੇ ਨਾਲ ਮੈਂ ਫਤਿਹ ਦੀ ਸਾਂਝ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਗੱਲਬਾਤ ਲਈ ਤੁਸੀਂ ਵਿਸ਼ਾ ਚੁਣਿਆ ਵਿਆਹ ਤੇ ਵਪਾਰ, ਇਹ ਅੱਜ ਦੀ ਤਰੀਕ ਦਾ ਕਹਿ ਲਈਏ ਕਿ ਬਹੁਤ ਹੀ ਇੱਕ ਲੋੜੀਂਦਾ ਵਿਸ਼ਾ ਵਾ ਜਿਹਦੇ ਉੱਤੇ ਸਾਡੀ ਗੱਲ ਕਰਨੀ ਜਿਹੜੀ ਉਹ ਬਿਲਕੁਲ ਵਾਜਬ ਹੈ। ਸਭ ਤੋਂ ਪਹਿਲਾਂ ਤੇ ਆਪਾਂ ਇਹ ਦੇਖੀਏ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਰ ਜੂਨ ਜਿਹੜੀ ਉਹਦੇ ਵਿੱਚ ਨਰ ਮਾਦਾ, ਮਤਲਬ ਇਹ ਦੋਨੋਂ ਲਿੰਗ ਜਿਹੜੇ ਨੇ ਉਹ ਪਾਏ ਜਾਂਦੇ ਨੇ। ਜੀਵਤ ਪ੍ਰਾਣੀਆਂ ਦੇ ਵਿੱਚੋਂ ਮਨੁੱਖ ਇੱਕ ਇਹੋ ਜਿਹਾ ਜੀਵ ਹੈ ਜਿਹੜਾ ਸਿਰਫ ਇੱਕ ਇਕੱਠ ਰੂਪ ਦੇ ਵਿੱਚ ਰਹਿੰਦਾ ਹੀ ਨਹੀਂ ਆ, ਉੱਥੇ ਇੱਕ ਸਮਾਜ ਸਿਰਜਦਾ। ਉਹ ਸਮਾਜ ਦੀ ਨੀਂਹ ਜਿਹੜੀ ਆ, ਉਸ ਸਮਾਜ ਦੇ ਬਣਾਏ ਹੋਏ ਕਾਇਦੇ ਕਾਨੂੰਨ ਹੁੰਦੇ ਨੇ, ਜਿੰਨਾ ਜੋ ਉੱਥੋਂ ਦੇ ਕਾਇਦੇ ਕਾਨੂੰਨ ਨੇ ਉਹਨਾਂ ਦੇ ਵਿੱਚ ਰਹਿ ਕਰਕੇ, ਉਹਨਾਂ ਮਤਲਬ ਉਹਨਾਂ ਦੀ ਉਲੰਘਣਾ ਨਾ ਕਰਕੇ ਤੇ ਮਨੁੱਖ ਜਿਹੜਾ ਵਾ ਇੱਕ ਦੂਜੇ ਦੇ ਨਾਲ, ਚਾਹੇ ਰਿਸ਼ਤੇ ਦੇ ਤਾਣੇ ਬਾਣੇ ਨੇ ਜਾਂ ਉਹ ਦੋਸਤੀ ਮਿੱਤਰਤਾ ਦੇ ਸ਼ੁਰੂ ਤੋਂ ਚੱਲੇ ਆ ਰਹੇ, ਉਹਨਾਂ ਦੇ ਵਿੱਚ ਬੱਝਿਆ ਹੋਇਆ ਅੱਗੇ ਤੁਰਿਆ ਜਾਂਦਾ। ਤੇ ਆਦਿ ਕਾਲ ਤੋਂ ਇਸੇ ਤਰ੍ਹਾਂ ਹੀ ਮਨੁੱਖ ਵਿਚਰਦਾ ਆ ਰਿਹਾ। ਤੇ ਮਨੁੱਖ ਦੇ ਜੀਵਨ ਕਾਲ ਦੇ ਵਿੱਚ ਬਹੁਤ ਤਰ੍ਹਾਂ ਦੇ ਸੰਸਕਾਰ ਜਿਹੜੇ ਨੇ, ਜਨਮ ਸੰਸਕਾਰ ਤੋਂ ਲੈ ਕੇ ਅੱਗੇ ਮੌਤ ਤੱਕ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ। ਤੇ ਹਰ ਸੰਸਕਾਰ ਦੇ ਲਈ ਵੀ ਸਮਾਜ ਨੇ ਕੁਛ ਜਿਹੜੇ ਨੇ
और रीति रिवाज रवायत कह लिए है ना, ये सारा कुछ जिहड़ा वो बनाया होया। फिर इसे तरीके नाल ही ब्याह दे भी कुछ जिहड़े समाज ने शर्तां कह लो कानून कह लो कायदे वो जिहड़े वो शुरू तो ही बनाए हुए सीगे, ते वो हर धर्म हर नस्ल दे विच हर देश दे विच हर जात दे विच तुहानूं थोड़ी बहुती जिहड़ी विभिन्नता वक्री गल आ उहदे नाल तुहानूं मिलणगे, बहुते उहनां दे विच जिहड़ी इकसारता वेखण नूं सानूं मिलेगी। फिर जिवें जिवें समाज तरक्की करता गया जां इंज कह लो कि जिवें जिवें मनुख जिहड़ा वा उहनूं इस चीज का ज्ञान हुंदा गया कि परमात्मा दे नाल मिलना जां परमात्मा दे मिलाप लई इह मनुखी जामा जिहड़ा वा इह मिलदा, उवें उवें धर्म करम दे विच उहदी निष्ठा जिहड़ी आ उह वधदी गई। ते जिहड़ियां समाजिक रीति रिवाज सीगे, क्योंकि उह ते जे आपां पिछे नूं वेखीए ना कल्ले समाजिक रिवाजां दी गल करिए तां उह किते किते हानिकारक जे ते बड़े खतरनाक जे भी सामने आउंदे ने, जिहड़े कि अज दे दौर दे हिसाब नाल वेखीए ते उह सानूं सभ्यक भी नहीं लगणगे। पर इन्हां चीजां नूं होर चंगेरा बनाउण दे लई मनुख ने जिहड़ी उह इक धार्मिक श्रद्धा जिहड़ी उह विच नाल लैके आउणी शुरू कीती तां कि जिहड़ी नैतिकता सीगी नैतिक कदरां कीमतां सीगियां उहनां नूं वी समाजिक जिहड़ियां रवायतां वा उहनां दे नाल नाल बहाल रख्या जावे। कल्ला एवें ना होवे कि जिहड़ियां रीति रिवाजां रस्मां वा उहनां दे बहिण दे विच वहिंदिआं होइआं जिहड़े साडीआं नैतिक कदरां कीमतां वा उहनां दी मतलब तलांजली दे देवे मनुख, उहनां तों बिलकुल जिहड़ा वा उह दूर चला जावे। फिर हौली हौली जिहड़ी धार्मिक मर्यादा वा उह वी हर संस्कार दे नाल आउणी शुरू हो गई। इसे तरह नाल विआह दी गल करिए ते आपां हर धर्म ने अपने अपने अकीदिआं दे अनुसार अपने अपने जो उहनां दे मतलब सीगे धार्मिक कायदे उहनां दे शरा शरीयत मर्यादा उहनां दे अकॉर्डिंग जिहड़ा वा उह दे विच करदे गए, उन्हां ब्याह दे विच उस चीज दी शमूलियत हुंदी गई इस जिहड़े जिहड़ा बंधन बचदा है। क्योंकि ब्याह एक अजिहा रिश्ता है जिवें तुसीं वी गल कीती है कि इस दे लई कानूनी ते धार्मिक हर तरह की जिहड़ी मोहर आ उह जरूरी हुंदी है। ते मैं वी यही सोचदी हुंनी आ कि ब्याह एक इहो जिहा रिश्ता बनदा जिहड़ा कि बाकी सारे रिश्ते नालों थोड़ा वक्खरा हुंदा, क्योंकि बाकी जां तां तुहाडे खून दे रिश्ते होणगे जां फिर वो तुहाडे रिश्तियां दे गां रिश्तेदार जिवें आपां कह दिंदे आ उवें असीं उस ताने बाणे दे विच बच्चे हुंदे आ। ब्याह एक अजिहा रिश्ता जो असीं गुरु साहिब दी हजूरी दे विच एक दूजे नूं समर्पित हो के ते इत्थों इहदी शुरुआत जिहड़ी उह करनी हुंदी आ। इह एक अजिहा रिश्ता जिहदे विच खुद गुरु दी गवाही जिहड़ी आ उह शामिल हुंदी आ। रीति रिवाज असीं पढ़दे आं ते सानूं शर्मशार भी होना पैंदा है। भाई कान सिंह नाभा जी ने महान कोश दे विच अठ तरह के विआहां दा जिक्र कीता है ते उहदे विच एक ब्रह्म है भी घर विच वर नूं बुला के उहनूं गहने देने कपड़े देने ਤੇ ਫਿਰ ਉਹਨੂੰ ਧੀ ਦਾ ਦਾਨ ਕਰਕੇ ਦੇਣਾ ਹਨਾ। ਦੂਸਰਾ ਦੇਵ ਸੀ ਚੱਲਦਾ ਰਿਹਾ ਹਨਾ ਜੀ। ਫਿਰ ਦੂਸਰਾ ਸੀ ਜੱਗ ਕਰਵਾਉਣ ਵਾਲੇ ਰਿਤਜ ਨੂੰ ਕੰਨਿਆ ਦਾਨ ਕਰਨੇ। ਸੋ ਮੈਂ ਇਹਨਾਂ ਅੱਠਾਂ ਦਾ ਜ਼ਿਕਰ ਨਾ ਵੀ ਕਰਾਂ ਹਨਾ। ਤੇ ਇੱਕ ਇਹ ਵੀ ਹੁੰਦਾ ਸੀ ਵੀ ਜੰਗ ਯੁੱਧ ਕਰਕੇ ਲੜਕੀ ਨੂੰ ਜਿੱਤ ਲੈਣਾ, ਰਾਕੇਸ਼ ਉਹਦਾ ਨਾਂ ਦਿੱਤਾ ਸੀ ਵਿਆਹ ਦਾ ਨਾਂ। ਸਭ ਕੁਛ ਅਸੀਂ ਦੂਰ ਨਾ ਨਜ਼ਰ ਮਾਰੀਏ ਜੀ, ਸਾਡੀ ਜਿਹੜੀ ਇਹ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਇਸ ਭਾਰਤ ਦੇਸ਼ ਦੇ ਹੀ ਇਤਿਹਾਸ ਤੇ ਇਹਦੀ ਸੰਸਕ੍ਰਿਤੀ ਦੇ ਵਿੱਚ ਤੇ ਨਜ਼ਰ ਮਾਰੀਏ ਤੇ ਇਹ ਸਾਰਾ ਕੁਛ ਇੱਥੇ ਮਿਲਦਾ ਹੁੰਦਾ ਰਿਹਾ, ਹਕੀਕਤ ਦੇ ਵਿੱਚ ਇਹ ਸਾਰਾ ਕੁਛ ਇੱਥੇ ਹੁੰਦਾ ਰਿਹਾ। ਪਰ ਇਹ ਸਤੀ ਪ੍ਰਥਾ ਵੀ ਜਿਹੜੀ ਇਹੋ ਜਿਹੀ ਇੱਕ ਕਲੰਕ ਸੀਗਾ, ਠੀਕ ਹੈ। ਪਰ ਜਿਵੇਂ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਕਲੰਕਿਤ ਕਰਨ ਵਾਲੀਆਂ ਜਿਹੜੀਆਂ ਪ੍ਰਥਾ ਸੀਗੀਆਂ ਜਾਂ ਰਿਵਾਜ ਸੀਗੇ ਉਹਨਾਂ ਨੂੰ ਗੁਰੂ ਸਾਹਿਬਾਨਾਂ ਨੇ ਉਹਨਾਂ ਦਾ ਜਦੋਂ ਬਾਈਕਾਟ ਕੀਤਾ, ਉਹਨਾਂ ਦੇ ਵਿਰੁੱਧ ਆਵਾਜ਼ ਉਠਾਈ, ਉਹਨਾਂ ਦਾ ਜਿਹੜਾ ਕਹਿ ਲਈਏ ਕਿ ਮਾੜਾ ਪੱਖ ਸੀਗਾ ਉਹਨੂੰ ਦਿਖਾਇਆ ਲੋਕਾਂ ਨੂੰ, ਤੇ
ਇਥੋਂ ਤੱਕ ਇਸ ਵਿਆਹ ਵਾਲਾ ਜਿਹੜਾ ਰਿਸ਼ਤਾ ਹੈ ਇਹਨੂੰ ਇੰਨੀ ਮਹਾਨਤਾ ਸਿੱਖ ਧਰਮ ਨੇ ਦੇ ਦਿੱਤੀ ਕਿ ਦੇਖੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਗਿਆਨਣ ਮੈਂ ਗਿਆਨ ਔਰ ਧਿਆਨਣ ਮੈਂ ਧਿਆਨ ਗੁਰ ਸਕਲ ਧਰਮ ਗ੍ਰਹਿਸਥ ਪ੍ਰਧਾਨ ਹੈ। ਮਤਲਬ ਗ੍ਰਹਿਸਥੀ ਜੀਵਨ ਨੂੰ ਜੀਵਨ ਦਾ ਉਹਨਾਂ ਨੇ ਜ਼ਰੂਰੀ ਅੰਗ ਹੀ ਨਹੀਂ ਕਿਹਾ ਸਿਰਫ ਸਗੋਂ ਇੱਕ ਧਰਮ ਕਹਿ ਦਿੱਤਾ। ਧਰਮ ਕਹਿ ਦੇਣਾ ਜਿਹੜਾ ਵਾ ਮਰਿਆਦਾ ਕਹਿ ਲਓ ਜਾਂ ਉਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਦੀ ਇੱਕ ਜਿਹੜੀ ਚੀਜ਼ ਆ ਇੰਨਾ ਜ਼ਰੂਰੀ ਇਹ ਲਾਜ਼ਮੀ ਕਰ ਦਿੱਤਾ ਕਿ ਜਿਹੜਾ ਪਹਿਲਾਂ ਤੁਰਿਆ ਆਉਂਦੇ ਜਿਹੜੇ ਸੀਗੇ ਵਿਧੀ ਵਿਧਾਨ ਕੇ ਜਾਂ ਤੇ ਔਰਤ ਤੋਂ ਬਿਲਕੁਲ ਹੀ ਦੂਰ ਭੱਜ ਜਾਂਦੇ ਸੀਗੇ ਤੇ ਜਾਂ ਫਿਰ ਔਰਤ ਨੂੰ ਇੱਕ ਇਸ ਤਰ੍ਹਾਂ ਨਾਲ ਵਰਤਿਆ ਜਾਂਦਾ ਸੀ ਜਿਵੇਂ ਉਹ ਇਨਸਾਨ ਹੋਵੇ ਹੀ ਨਾ, ਜਿਵੇਂ ਸਿਰਫ ਤੇ ਸਿਰਫ ਉਹ ਇੱਕ ਵਸਤੂ ਹੋਵੇ ਤੇ ਜਿਹਦੀ ਵਰਤੋਂ ਕਦੇ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਦੇ ਵਜੋਂ ਜਾਂ ਕਦੇ ਕੰਮ ਕਾਰ ਘਰ ਦੇ ਜਿਹੜੇ ਆ ਉਹਨਾਂ ਨੂੰ ਦੀ ਪੂਰਤੀ ਲਈ ਜਿਹੜੀ ਆ ਉਹ ਕਰਨੀ ਮਰਦ ਆਪਣਾ ਜਿਹੜਾ ਉਹ ਹੱਕ ਸਮਝਦਾ ਸੀਗਾ। ਇਹਨਾਂ ਚੀਜ਼ਾਂ ਦੇ ਖਿਲਾਫ ਜਦੋਂ ਗੁਰੂ ਸਾਹਿਬਾਨਾਂ ਨੇ ਆਵਾਜ਼ ਉਠਾਈ ਆ ਤੇ ਇਹੀ ਸ਼ਾਇਦ ਉਹ ਨਵੇਕਲੀ ਜੀ ਗੱਲ ਹੈ ਸਾਡੇ ਸਿੱਖ ਧਰਮ ਦੀ ਕਿ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਔਰਤ ਨੂੰ ਜਿਹੜੀ ਆ ਉਹ ਬਰਾਬਰ ਦਾ ਇੱਜ਼ਤ ਮਾਨ ਸਤਿਕਾਰ ਜਿਹੜਾ ਉਹ ਮਿਲਿਆ। ਤੇ ਮੈਨੂੰ ਲੱਗਦਾ ਹੈ ਕਿ ਅੱਜ ਵੀ ਇਸ ਚੀਜ਼ ਦੇ ਉੱਤੇ ਸਾਨੂੰ ਆਪਣੀਆਂ ਜਿਹੜੀਆਂ ਨਸਲਾਂ ਵਾ ਪੀੜ੍ਹੀਆਂ ਬੱਚੇ ਨੇ ਇਹਨਾਂ ਦੇ ਨਾਲ ਇਹ ਜਿਹੜੀ ਗੱਲ ਕਰਨੀ ਚਾਹੀਦੀ ਆ ਕਿਉਂਕਿ ਜੋ ਇਤਿਹਾਸ ਦੇ ਵਿੱਚ ਵਾਪਰ ਚੁੱਕਾ ਹੁੰਦਾ ਨਾ ਭਾਵੇਂ ਉਹ ਕਿੰਨਾ ਵੀ ਚੰਗਾ ਹੋਵੇ ਤੇ ਭਾਵੇਂ ਉਹ ਮਾੜਾ ਹੋਵੇ ਜੇ ਅਸੀਂ ਉਸ ਦੀ ਗੱਲ ਨਹੀਂ ਕਰਾਂਗੇ ਤੇ ਉਹ ਅੱਗੇ ਨਹੀਂ ਤੁਰੇਗਾ। ਉਹ ਵਾਪਰੀ ਹੋਈ ਘਟਨਾ ਇੱਕ ਇਤਿਹਾਸ ਦਾ ਹਿੱਸਾ ਬਣ ਕੇ ਜਾਂ ਤਾਂ ਕਿਸੇ ਕਿਤਾਬਾਂ ਦੇ ਪੰਨਿਆਂ ਦੇ ਉੱਤੇ ਉੱਕਰੀ ਪਈ ਰਹੇਗੀ ਜਾਂ ਫਿਰ ਉਹ ਇੱਕ ਟਾਈਮ ਬਾਅਦ ਜਿਹੜੀ ਉਹ ਭੁੱਲ ਜਾਏਗੀ। ਲੋੜ ਹੈ ਸਾਨੂੰ ਕਿ ਅਸੀਂ ਸਿਰਫ ਤੇ ਸਿਰਫ ਜਿਹੜਾ ਸਿੱਖੀ ਜਿਹੜੀ ਉਹ ਸਿਰਫ ਇੰਨਾ ਹੀ ਨਾ ਸਮਝ ਲਈਏ ਕਿ ਅਸੀਂ ਸਿੱਖਾਂ ਦੇ ਘਰ ਜਨਮ ਲੈ ਲਿਆ ਜਾਂ ਅੱਗੇ ਸਾਡੇ ਬੱਚੇ ਪੈਦਾ ਹੋ ਗਏ ਤੇ ਸਾਡਾ ਕੰਮ ਜਿਹੜਾ ਪੂਰਾ ਵਾ ਸੀ, ਮਤਲਬ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ ਤੇ ਬਸ ਇੰਨੀ ਸਾਡੀ ਡਿਊਟੀ ਆ। ਨਹੀਂ, ਇਸ ਤੋਂ ਅੱਗੇ ਇਹ ਆ ਕਿ ਇਹ ਜੋ ਸਿੱਖ ਧਰਮ ਦੀਆਂ ਵੱਲੋਂ ਬਹਾਲ ਕੀਤੀਆਂ ਗਈਆਂ ਕਦਰਾਂ ਕੀਮਤਾਂ ਦੇ ਨਾਲ ਸੰਪੂਰਨ ਮਰਿਆਦਾ ਨੇ ਇਹ ਅੱਗੇ ਜਿਹੜੀਆਂ ਅਸੀਂ ਆਪਣੇ ਬੱਚਿਆਂ ਦੇ ਨਾਲ ਕਨਵੇ ਕਰਦੇ ਰਹੀਏ, ਉਹਨਾਂ ਨੂੰ ਦੱਸਦੇ ਰਹੀਏ। ਕਿਉਂਕਿ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਨਾ ਵੀਰ ਜੀ, ਉਹ ਤੁਹਾਨੂੰ ਉਹਨਾਂ ਦੇ ਰਿਲੇਟਡ ਕੋਈ ਬਹੁਤ ਸਿਲੇਬਸ ਦੀ ਭਰੀ ਹੋਈ ਕਿਤਾਬ ਨਹੀਂ ਮਿਲੇਗੀ ਜਾਂ ਤੁਸੀਂ ਕੋਈ ਇਹਦਾ ਕੋਰਸ ਨਹੀਂ ਕਰਾ ਸਕਦੇ ਕਿਸੇ ਨੂੰ। ਇਹ ਤੁਸੀਂ ਇਸੇ ਤਰ੍ਹਾਂ ਹੀ ਜਦੋਂ ਆਪਣਾ ਇਤਿਹਾਸ ਦੱਸੋਗੇ, ਆਪਣੀਆਂ ਮਤਲਬ ਪਿੱਛੇ ਹੋ ਚੁੱਕੀਆਂ ਜਾਂ ਗਲਤੀਆਂ ਜਿਹੜੀਆਂ ਵਾ ਉਹ ਬੱਚਿਆਂ ਨਾਲ ਡਿਸਕਸ ਕਰੋਗੇ ਜਾਂ ਆਪਣੀਆਂ ਜਿੰਨਾ ਕਾਰਨਾਂ ਕਰਕੇ ਤੁਸੀਂ ਬੁਲੰਦੀਆਂ ਨੂੰ ਛੋਇਆ ਵਾ ਉਹ ਆਪਣੇ ਬੱਚਿਆਂ ਨੂੰ ਦੱਸੋਗੇ ਤੇ ਆਪਣੇ ਆਪ ਹੀ ਉਹਨਾਂ ਦੇ ਉੱਤੋਂ ਬੱਚੇ ਗ੍ਰਹਿਣ ਕਰਦੇ ਜਾਣਗੇ ਕਿ ਕੀ ਠੀਕ ਹੈ ਤੇ ਕੀ ਗਲਤ ਹੈ। ਠੀਕ ਗਲਤ ਦੀ ਪਛਾਣ ਕਰਾਉਣਾ ਹੀ ਨੈਤਿਕਤਾ ਹੈ। ਇੱਥੋਂ ਫਿਰ ਆਪਣੇ ਆਪ ਉਹ ਸਮਝਦੇ ਜਾਣਗੇ। ਤੁਹਾਡਾ ਬਹੁਤ ਸੁੰਦਰ ਸੁਨੇਹਾ, ਸਿੱਖੀ ਸਿੱਖਿਆ ਗੁਰ ਵਿਚਾਰ। ਹਾਂਜੀ ਬਿਲਕੁਲ ਜੀ, ਇਹ ਕਰਦੇ ਰਹਿਣਾ ਚਾਹੀਦਾ, ਇਹ ਨਿਰੰਤਰ ਚੱਲਦੇ ਰਹਿਣੇ ਚਾਹੀਦੇ ਆ। ਜਿੱਥੇ ਵੀ ਤੁਸੀਂ ਬੈਠਦੇ ਹੋ, ਜਿੱਥੇ ਵੀ ਤੁਹਾਨੂੰ ਕੋਈ ਮੌਕਾ ਕੋਈ ਟਾਈਮ ਆਪਣੇ ਦੋਸਤ ਮਿੱਤਰਾਂ ਜਾਂ ਬੱਚਿਆਂ ਨਾਲ ਮਿਲਦਾ, ਉੱਥੇ ਇਹ ਗੱਲਾਂ ਦੀ ਵਿਚਾਰ ਜ਼ਰੂਰ ਕਰੋ। ਕਿਉਂਕਿ ਹਾਲ ਦੀ ਘੜੀ ਦੇ ਵਿੱਚ ਵੀ ਆਪਾਂ ਦੇਖੋ ਅੱਜ ਇਸ ਵਿਸ਼ੇ ਨੂੰ ਕਿਉਂ ਚੁਣਿਆ, ਕਿਉਂਕਿ ਅੱਜ ਪੰਜਾਬ ਜਿਹੜਾ ਵਾ ਇਸ ਤ੍ਰਾਸਦੀ ਨੂੰ ਭੋਗ ਰਿਹਾ, ਜਿੱਥੇ ਵਿਆਹ ਵਰਗੀ ਜਿਹੜੀ ਇਹ ਪਾਕ ਪਵਿੱਤਰ ਰਿਸ਼ਤਾ ਉਹ ਕਲੰਕਿਤ ਹੁੰਦਾ ਸਾਨੂੰ ਨਜ਼ਰ ਆ ਰਿਹਾ, ਧੱਜੀਆਂ ਉੱਡ ਰਹੀਆਂ ਨੇ ਇਹਦੇ ਸਤਿਕਾਰ ਦੀਆਂ, ਤੇ ਅੱਜ ਅਸੀਂ ਇਹ ਵਿਸ਼ਾ ਚੁਣਿਆ, ਇਹ ਕਿਉਂ ਵਾਪਰਿਆ ਜਾਂ ਕਿਉਂ ਵਾਪਰਨ ਜਾ ਰਿਹਾ? ਕਿਉਂਕਿ ਅਸੀਂ ਇੰਨੇ ਕੁ ਜ਼ਿਆਦਾ ਜਿਹੜਾ ਮਟੀਰੀਅਲਿਸਟਿਕ ਜ਼ਮਾਨਾ ਕਹਿ ਲਓ ਜਾਂ ਆ ਗਿਆ ਜਾਂ ਜਿਹੜੀ ਲਾਲਸਾ ਵਾ ਉਹ ਇੰਨੀ ਵੱਧ ਗਈ ਕਿ ਸਾਡੇ ਕੋਲ ਵਕਤ ਹੀ ਨਹੀਂ ਰਿਹਾ ਕਿ ਅਸੀਂ ਆਪਣੇ ਬੱਚਿਆਂ ਨਾਲ ਬੈਠ ਕੇ ਤੇ ਇਹਨਾਂ ਰਿਸ਼ਤਿਆਂ ਦੀ ਮਹਾਨਤਾ ਬਾਰੇ ਗੱਲ ਕਰ ਸਕੀਏ। ਅਸੀਂ ਦੱਸਿਆ ਹੀ ਨਹੀਂ ਜੋ ਪੰਜਾਬ ਅੱਜ ਚੱਲ ਰਿਹਾ ਉਹਦਾ ਕਾਰਨ ਇਹ ਬਿਲਕੁਲ ਨਹੀਂ ਆ ਕਿ ਅਸੀਂ ਜੀ ਕੈਨੇਡਾ ਕੈਨੇਡਾ ਅਮਰੀਕਾ ਅਮਰੀਕਾ ਕਰਨ ਲੱਗ ਪਏ। ਨਹੀਂ, ਕੈਨੇਡਾ ਅਮਰੀਕਾ ਸ਼ੁਰੂ ਤੋਂ ਹੀ ਹੁੰਦਾ ਆ। ਹਰ ਮਤਲਬ ਤੁਸੀਂ ਦੇਖੋ ਕਿ ਜਦੋਂ ਜਦੋਂ ਵੀ ਪਤਾ ਲੱਗਦਾ ਜਾਂਦਾ ਕਿ ਇੱਥੇ ਵੀ ਮਨੁੱਖ ਵੱਸਦਾ, ਇੱਥੇ ਵੀ ਮਨੁੱਖ ਵੱਸਦਾ, ਤੇ ਉੱਥੇ ਸਭ ਤੋਂ ਪਹਿਲਾਂ ਤਜਾਰਤ ਵਪਾਰਕ ਰਿਸ਼ਤੇ ਜਿਹੜੇ ਉਹ ਸ਼ੁਰੂ ਹੁੰਦੇ ਆ, ਫਿਰ ਮਾਈਗ੍ਰੇਸ਼ਨ ਹੁੰਦੀ ਆ, ਹਨਾ, ਇਹ ਤਾਂ ਹੁੰਦੀ ਆਈ ਆ ਤੇ ਗਾਂ ਵੀ ਹੁੰਦੀ ਰਹਿਣੀ ਆ, ਉਹਦੇ ਰਸਤੇ ਵੀ ਅਲੱਗ ਅਲੱਗ ਮਨੁੱਖ ਨੇ ਲੱਭਦੇ ਰਹਿਣਾ। ਅਸੀਂ ਕਿੱਥੇ ਮਾਰ ਖਾ ਗਏ
ਉਹ ਆ ਕਿ ਅਸੀਂ ਜਿਸ ਰਿਸ਼ਤੇ ਨੂੰ ਇੱਕ ਰਸਤੇ ਵਜੋਂ ਵਰਤ ਲਿਆ ਨਾ ਬਾਹਰ ਜਾਣ ਦੇ ਵਿਆਹ ਵਾਲੇ ਰਿਸ਼ਤੇ ਨੂੰ, ਅਸੀਂ ਉਸ ਰਿਸ਼ਤੇ ਦੀ ਜਿਹੜੀ ਸਰਵ ਉੱਚਤਾ ਵਾ, ਜਿਹੜੀ ਮਹਾਨਤਾ ਵਾ, ਜਿਹੜੀ ਉਹਦੀ ਪਾਕੀਜ਼ਗੀ ਸੀਗੀ, ਰੂਹਾਨੀਅਤ ਸੀਗੀ, ਉਹ ਆਪਣੇ ਬੱਚਿਆਂ ਨੂੰ ਦੱਸਣ ਦੇ ਵਿੱਚ ਉੱਕ ਗਏ ਆ। ਇਹ ਸਾਡੇ ਜਿਹੜੀ ਆ ਪੰਜਾਬੀਆਂ ਦੀ ਕਹਿ ਲਓ ਕਿ ਅੱਜ ਦੀ ਅਜੇ ਵੀ ਮੌਕਾ ਵਾ, ਅਸੀਂ ਅਜੇ ਵੀ ਸੰਭਾਲ ਸਕਦੇ ਹਾਂ, ਕੋਈ ਬਹੁਤੀ ਦੇਰ ਨਹੀਂ ਹੋਈ, ਤੇ ਇਸ ਚੀਜ਼ ਦੇ ਵੱਲ ਜਿਹੜਾ ਵਾ ਉਹ ਜ਼ਰੂਰ ਧਿਆਨ ਦਿੱਤਾ ਜਾਵੇ। ਤਾਂ ਜੀ ਤੁਸੀਂ ਜ਼ਿਕਰ ਕੀਤਾ ਕਿ ਬਾਹਰ ਜਾਣਾ ਇਹ ਕੋਈ ਅੱਜ ਦਾ ਨਵੀਂ ਖੋਜ ਨਹੀਂ ਹੈ, ਸਾਡੀ ਪ੍ਰਾਪਤਤਾ ਹੈ। ਸਾਡੇ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਕੋਈ ਵੀ ਕੋਨਾ ਨਹੀਂ ਛੱਡਿਆ ਜਿੱਥੇ ਤੱਕ ਉਹ ਨਹੀਂ ਗਏ, ਤੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਹੀ ਚੱਲਣਾ, ਤੇ ਸਾਨੂੰ ਕੋਈ ਮਨਾਹੀ ਨਹੀਂ ਜਾਣਦੀ। ਪਰ ਤੁਸੀਂ ਬੜੀ ਗੱਲ ਕੀਤੀ ਹੈ ਵੀ ਇੱਕ ਨੀਡ ਹੈ ਜਾਣ ਦੀ, ਇੱਕ ਗਰੀਡ ਹੈ, ਇੱਕ ਲੋੜ ਹੈ, ਤੇ ਇੱਕ ਲੱਭ ਤੇ ਲੋਭ ਹੈ, ਠੀਕ ਹੈ ਨਾ ਜੀ। ਲੇਕਿਨ ਅੱਜ ਬੱਚਾ ਸਾਡਾ ਪੰਜਾਬ ਦਾ ਬੱਚਾ, ਉਹਦੇ ਸਾਹਮਣੇ ਬੜੀ ਵੱਡੀ ਚੁਣੌਤੀ ਖੜ ਗਈ ਕਿ ਉਹਨੂੰ ਪੜ੍ਹਨ ਤੋਂ ਬਾਅਦ ਰੁਜ਼ਗਾਰ ਨਹੀਂ ਮਿਲਣਾ। ਉਹਦੇ ਅੱਗੇ ਸਾਹਮਣੇ ਰੁਜ਼ਗਾਰ ਦਾ ਬੜਾ ਵੱਡਾ ਇੱਕ ਸਵਾਲ ਹੈ, ਤੇ ਉਸ ਰੁਜ਼ਗਾਰ ਦੇ ਸਵਾਲ ਦੇ ਨਾਲ ਹੀ ਨਾਲ ਉਹਦੀ ਉਮਰ ਹੋ ਜਾਂਦੀ ਹੈ ਵਿਆਹ ਵਾਲੀ, ਤੇ ਉਸ ਰੁਜ਼ਗਾਰ ਦੇ ਨਾਲ ਹੀ ਇਹ ਵਿਆਹ ਦਾ ਘਟਨਾਕ੍ਰਮ ਸਾਰਾ ਜੁੜਦਾ ਹੈ, ਤੇ ਇਸ ਵਿਆਹ ਦੇ ਰਾਹੀਂ ਉਹ ਬਾਹਰ ਵੀ ਚਲਿਆ ਜਾਣਾ ਚਾਹੁੰਦਾ ਹੈ, ਉੱਥੇ ਸੈੱਟ ਵੀ ਹੋਣਾ ਚਾਹੁੰਦਾ, ਉੱਥੇ ਰੁਜ਼ਗਾਰ ਵੀ ਕਮਾਉਣਾ ਚਾਹੁੰਦਾ ਹੈ। ਇਸ ਸਾਰੇ ਸਥਿਤੀ ਨੂੰ, ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਅਨਾਲਿਸਿਸ ਕਰਦੇ ਹੋ? ਦੇਖੋ ਜੀ, ਜਿਹੜੀ ਬਾਹਰ ਜਾਣ ਦੀ ਦੌੜ ਲੱਗੀ ਹੋਈ ਆ, ਹਨਾ, ਉਹਦੇ ਕਾਰਨ ਜਿਹੜੇ ਨੇ ਉਹਨਾਂ ਦੇ ਬੜੀ ਡੂੰਘਾਈ ਨਾਲ ਵੇਖੀਏ ਤੇ ਉਹਦਾ ਜ਼ਿੰਮੇਵਾਰ ਤੇ ਜੋ ਮੈਨੂੰ ਲੱਗਦਾ, ਜਿੰਨਾ ਕਿ ਮੈਂ ਆਪਣੀ ਅੱਜ ਤੱਕ ਦੀ ਉਮਰ ਦੇ ਵਿੱਚ ਇਸ ਚੀਜ਼ ਨੂੰ ਦੇਖਿਆ, ਉਹ ਨਜ਼ਰ ਆਉਂਦਾ ਹੈ ਕਿ ਸਾਡਾ ਰਾਜਨੀਤਿਕ ਢਾਂਚਾ ਜਿਹੜਾ ਵਾ ਨਾ, ਉਹ ਬਹੁਤ ਬੁਰੀ ਤਰ੍ਹਾਂ ਨਾਲ ਭ੍ਰਿਸ਼ਟ ਹੋ ਚੁੱਕਾ। ਜਿੰਨੇ ਜਿਹੜੀ ਬੱਚਿਆਂ ਦੇ ਅੰਦਰ ਭਵਿੱਖ ਦੀ ਉਮੀਦ ਸੀਗੀ ਨਾ, ਉਹਨੂੰ ਧੁੰਦਲਾ ਕਰ ਦਿੱਤਾ, ਬਹੁਤ ਬੁਰੀ ਤਰ੍ਹਾਂ ਨਾਲ ਧੁੰਦਲਾ ਕਰ ਦਿੱਤਾ। ਮਤਲਬ ਕੋਈ ਇਹੋ ਜਿਹਾ ਪੱਖ ਰਹਿ ਹੀ ਨਹੀਂ ਗਿਆ ਹੁਣ ਅੱਜ ਸਾਡੇ ਸਮਾਜ ਦੇ ਵਿੱਚ ਜੇ ਜੋ ਪਲੀਤ ਨਾ ਹੋਇਆ ਹੋਵੇ। ਮਤਲਬ ਹਰ ਜਗ੍ਹਾ ਦੇ ਉੱਤੇ ਬੈਠਾ ਜਿਹੜਾ ਜ਼ਿੰਮੇਵਾਰ ਇਨਸਾਨ ਆ, ਉਹਦੇ ਕਹਿ ਲਓ ਤੁਸੀਂ ਕਿ ਔਗਣ ਜਿਹੜੇ ਨੇ ਉਹਦੇ ਗੁਣਾਂ ਦੇ ਉੱਤੇ ਹਾਵੀ ਇੰਨੇ ਜ਼ਿਆਦਾ ਹੋ ਰਹੇ ਨੇ ਕਿ ਬੱਚੇ ਸਾਡੇ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਉਸ ਚੀਜ਼ ਨੂੰ ਪਕੜਦੇ ਨੇ, ਤੇ ਉਸ ਦੇ ਜਦੋਂ ਔਗਣ ਦੇਖਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਕੋਈ ਮਤਲਬ ਉਮੀਦ ਕਰਨ ਦੀ ਜਾਂ ਆਸ ਰੱਖਣ ਦੀ ਸਾਨੂੰ ਜ਼ਰੂਰਤ ਨਹੀਂ ਆ, ਕਿਉਂਕਿ ਇੱਥੋਂ ਦਾ ਸਿਸਟਮ ਜਿਹੜਾ ਵਾ ਉਹ ਇੰਨੀ ਬੁਰੀ ਤਰ੍ਹਾਂ ਨਾਲ ਕਰਪਟ ਹੋ ਚੁੱਕਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇੱਥੋਂ ਦਾ ਜਿਹੜਾ ਕਿੱਤਾ ਵਾ, ਪ੍ਰੋਫੈਸ਼ਨ ਹੈ ਜਾਂ ਕੋਈ ਲਾਈਨ ਆ, ਉਹਦੇ ਵਿੱਚ ਬੱਚੇ ਜਿਹੜੀ ਆ ਉਹ ਇਹ ਆਸ ਰੱਖ ਸਕਣ ਕਿ ਸਾਨੂੰ ਸਾਡੇ ਬਲਬੁੱਤੇ ਤੇ ਜਾਂ ਮੈਰਿਟ ਬੇਸਿਸ ਦੇ ਉੱਤੇ, ਸਾਡੇ ਗੁਣਾਂ ਦੇ ਆਧਾਰ ਤੇ ਸਾਡਾ ਮੁੱਲ ਪਏਗਾ। ਇਹ ਇੱਕ ਚੀਜ਼ ਇੰਨੀ ਬੁਰੀ ਤਰ੍ਹਾਂ ਨਾਲ ਮਾਪਿਆਂ ਦੇ ਅੰਦਰ ਤੇ ਬੱਚਿਆਂ ਦੇ ਨਾਲ ਘਰ ਘਰ ਚੁੱਕੀ ਆ ਕਿ ਸਾਰੇ ਇੱਥੋਂ ਦੌੜਨਾ ਚਾਹੁੰਦੇ ਨੇ, ਦੂਰ ਜਾਣਾ ਚਾਹੁੰਦੇ ਨੇ। ਤੇ ਹੁਣ ਦੇਖਣ ਦੀ ਲੋੜ ਇਹ ਆ ਕਿ ਕੀ ਇਹ ਜਿਹੜੇ ਸਿਆਸਤਦਾਨ ਨੇ ਇਹ ਹੈ ਤਾਂ ਪੰਜਾਬ ਦੇ ਹੀ ਨੇ, ਤੇ ਬਟ ਇਹਨਾਂ ਦੇ ਉੱਤੇ ਵਿਚਾਰ ਕਰਨ ਵਾਲੀ ਇਹ ਗੱਲ ਆ। ਮੈਨੂੰ ਤਾਂ ਲੱਗਦਾ ਹੁੰਦਾ ਇੱਕ ਰਿਸਰਚ ਸਟੱਡੀ ਹੋਣੀ ਚਾਹੀਦੀ ਇਹਨਾਂ ਸਾਰੇ ਸਿਆਸਤਦਾਨਾਂ ਦੀ ਸਾਈਕੀ ਦੇ ਉੱਤੇ ਕਿ ਇਹ ਜਿਹੜੀ ਸਾਈਕੀ ਤੁਹਾਡੀ, ਜਿਸ ਸਾਈਕੀ ਦੇ ਤਹਿਤ ਤੁਸੀਂ ਕੰਮ ਕਰ ਰਹੇ ਹੋ, ਜਿਸ ਦੇ ਤਹਿਤ ਤੁਸੀਂ ਪੰਜਾਬ ਨੂੰ ਉਜਾੜੇ ਵੱਲ ਲੈ ਕੇ ਜਾ ਰਹੇ ਹੋ, ਇਹ ਤੁਹਾਡੀ ਆਪਣੀ ਆ ਕਿ ਜਾਂ ਤੁਹਾਡੇ ਅੰਦਰ ਮਤਲਬ ਇਸ ਚੀਜ਼ ਨੂੰ ਇਨਕਲਕੇਟ ਕਰ ਦਿੱਤਾ ਗਿਆ, ਪਾ ਦਿੱਤੀ ਗਈ ਆ ਆਰਟੀਫਿਸ਼ਲ ਸਾਈਕੀ ਤੇ ਨੀ ਕਿ ਜਿਹੜੀ ਮਤਲਬ ਤੁਸੀਂ ਪਤਾ ਹੀ ਨਾ ਹੋਵੇ ਬੇਸੁਰ, ਜਾਂ ਤੁਸੀਂ ਖੁਦ ਮਤਲਬ ਇਹਨੂੰ ਉਧਾਰ ਲੈ ਕੇ ਆਏ ਹੋ ਕਿ ਜਾਂ ਤੁਹਾਡੇ ਅੰਦਰ ਮਤਲਬ ਇਸ ਤਰੀਕੇ ਦੀ ਸੋਚ ਜਿਹੜੀ ਆ ਉਹ ਉਸਾਰੀ ਇਸ ਤਰ੍ਹਾਂ ਦਿੱਤੀ ਗਈ ਆ ਕਿ ਤੁਸੀਂ ਪੰਜਾਬ ਦੇ ਨਾਂ ਚਾਹ ਕੇ ਵੀ ਦੁਸ਼ਮਣ ਬਣ ਬੈਠੇ ਹੋ। ਠੀਕ ਹੈ, ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਦੇ ਉੱਤੇ ਮਤਲਬ ਬਹੁਤ ਡੂੰਘਾਈ ਨਾਲ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਜੇ ਆਪਾਂ ਬੈਠੇ ਜੇ ਘਰਾਂ ਦੇ ਵਿੱਚ ਜਾਂ ਬੰਦ ਇੱਕ ਤਰ੍ਹਾਂ ਕਹਿ ਲਓ ਕਿ ਕਮਰਿਆਂ ਦੇ ਵਿੱਚ ਇੱਕ ਦੂਜੇ ਨਾਲ ਇਹੀ ਵਿਚਾਰ ਕਰੀ ਜਾਈਏ ਕਿ ਫਲਾਣਾ ਲੀਡਰ ਵੀ ਮਾੜਾ, ਫਲਾਣਾ ਲੀਡਰ ਵੀ ਮਾੜਾ, ਫਲਾਣਾ ਨਹੀਂ, ਮੈਂ ਇਹ ਸੋਚਦੀ ਹਾਂ ਕਿ ਲੀਡਰ ਵੀ ਤਾਂ ਪੰਜਾਬ ਦੇ ਹੀ ਨੇ, ਕਿਉਂ ਪੰਜਾਬ ਨੂੰ ਖਾਣ ਲੱਗ ਗਏ, ਕਿਉਂ ਸਿਉਂਕ ਵਾਂਗੂ ਚਿੰਬੜ ਗਏ, ਇਹਨਾਂ ਨੂੰ ਕਿਉਂ ਨੀ ਪੰਜਾਬ ਦਾ ਹਰ ਖਾਉਂਦਾ, ਕਿਉਂ ਇਹ ਆਪਣੇ ਹੀ ਬੱਚਿਆਂ ਦੇ ਦੁਸ਼ਮਣ ਬਣ ਗਏ। ਮਤਲਬ ਇਸ ਚੀਜ਼ ਦਾ ਅਨਾਲਿਸਿਸ ਹੋਣਾ ਬਹੁਤ ਜ਼ਰੂਰੀ ਆ ਕਿ ਇਹਨਾਂ ਦੇ ਦਿਮਾਗਾਂ ਦੇ ਪਿੱਛੇ ਵੀ ਕਿਹੜੀ ਇਹੋ ਜਿਹੀ ਤਾਕਤ ਕੰਮ ਕਰ ਰਹੀ ਆ ਜਿੰਨੇ ਪੰਜਾਬ ਦੇ ਲੋਕਾਂ ਨੂੰ ਹੀ ਪੰਜਾਬ ਦੇ ਹਿੱਤਾਂ ਲਈ ਖੜਾ ਕਰਨਾ ਸੀ
ਪਰ ਉਹ ਪੰਜਾਬ ਦੇ ਲੋਕਾਂ ਕੋਲੋਂ ਹੀ ਪੰਜਾਬ ਦੀ ਬਰਬਾਦੀ ਕਰਵਾ ਰਹੇ ਨੇ। ਇਸ ਚੀਜ਼ ਦੇ ਉੱਤੇ ਜਿਹੜੀ ਆ ਸਾਨੂੰ ਵਿਚਾਰ ਕਰਨੀ ਚਾਹੀਦੀ ਆ। ਤੁਸੀਂ ਇੱਕ ਤੇ ਕਾਰਨ ਬਹੁਤ ਵੱਡਾ ਪਕੜ ਲਿਆ ਕਿ ਇਹ ਰਾਜਨੀਤਿਕਾਂ ਨੇ ਐਸੀ ਸਥਿਤੀ ਬਣਾਤੀ, ਹਾਲਾਤ ਬਣਾਤੇ ਨੇ ਕਿ ਅੱਜ ਬੱਚਿਆਂ ਨੂੰ ਤੇ ਮਾਪਿਆਂ ਨੂੰ ਮਜਬੂਰ ਹੋਣਾ ਪੈ ਰਿਹਾ ਕਿ ਉਹ ਪੰਜਾਬ ਨੂੰ ਛੱਡ ਜਾਣਾ ਚਾਹੁੰਦੇ ਨੇ, ਇੱਥੇ ਉਹਨਾਂ ਨੂੰ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਉਹ ਇਹ ਵੀ ਹੈ ਕਿ ਜੇ ਕੋਈ ਸਵੈ ਰੁਜ਼ਗਾਰ ਵੀ ਕਰਨਾ ਚਾਹੁੰਦਾ ਹੈ ਤੇ ਉਹਨੂੰ ਪਤਾ ਕਿ ਮੈਂ ਇਸ ਭ੍ਰਿਸ਼ਟ ਜਿਹੜਾ ਸਾਰੀ ਪ੍ਰਣਾਲੀ ਹੈ, ਭ੍ਰਿਸ਼ਟਾਚਾਰ ਦੇ ਵਿੱਚ ਮੈਂ ਸਵੈ ਰੁਜ਼ਗਾਰ ਵੀ ਕਰ ਨਹੀਂ ਸਕਦਾ ਜੋ ਇੱਥੋਂ ਦੇ ਹਾਲਾਤ ਨਹੀਂ ਹੋ ਸਕਦਾ ਜੀ। ਹਰ ਰੁਜ਼ਗਾਰ ਲਈ ਇੱਕ ਆਗਿਆ ਲੈਣੀ ਹੁੰਦੀ ਹੈ, ਉਹ ਆਗਿਆ ਲੈਂਦਿਆਂ ਲੈਂਦਿਆਂ ਹੀ ਬੰਦਾ ਇੰਨੀ ਬੁਰੀ ਤਰੀਕੇ ਨਾਲ ਇਸ ਜਿਹੜੇ ਪਲੀਤ ਹੋਏ ਸਿਸਟਮ ਦਾ ਜਿਹੜਾ ਵਾ ਉਹ ਇਸ ਸ਼ਿਕਾਰ ਹੋ ਜਾਂਦਾ ਕਿ ਉਹਦੀ ਜਿਹੜੀ ਕਹਿ ਲਓ ਨਾ ਕਿ ਅੰਤਰ ਆਤਮਾ ਹੁੰਦੀ ਉਹ ਟੁੱਟ ਜਾਂਦੀ ਹੈ, ਉਹਦੀ ਉਮੀਦ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਸ਼ੁਰੂਆਤੀ ਸਟੈਪ ਦੇ ਉੱਤੇ। ਜਿਹੜੀ ਜਿਹੜੀ ਸਾਡੀ ਖੇਤੀਬਾੜੀ ਆ, ਸਾਡਾ ਇੱਥੋਂ ਦਾ ਮੁੱਖ ਸਾਡਾ ਆਮਦਨ ਦਾ ਇੱਕ ਸਾਧਨ ਹੈ, ਉਹਦੇ ਅੱਜ ਕੀ ਹਾਲਾਤ ਨੇ? ਪੂਰੇ ਦੇਸ਼ ਦਾ ਐਡਾ ਵੱਡਾ ਅੰਦੋਲਨ ਚੱਲਣ ਦੇ ਬਾਵਜੂਦ ਉੱਥੇ ਜਿਹੜੀ ਆ ਕੋਈ ਵੀ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕ ਰਹੀ। ਤੇ ਭੈਣ ਜੀ ਚਲੋ ਇਹ ਜਦੋਂ ਇਹ ਹਾਲਾਤ ਬਣ ਚੁੱਕੇ ਨੇ ਤੇ ਇੱਕ ਚਲੋ ਵਿਧ ਬਣਦੀ ਹੈ ਕਿ ਲੜਕੀ ਨੇ ਬੈਂਡ ਲੈ ਲਿਆ, ਲੜਕਾ ਉਹਦੇ ਨਾਲ ਵਿਦੇਸ਼ ਚਲਿਆ ਜਾਵੇ ਜਾਂ ਕੋਈ ਵੀ ਵਿਧ ਬਣ ਜਾਏ, ਕਿਸੇ ਤਰ੍ਹਾਂ ਵੀ ਬਾਹਰ ਚਲੇ ਜਾਣ, ਠੀਕ ਹੈ ਨੀ? ਹਾਂਜੀ, ਪੰਜਾਬ ਦੀ ਉਹ ਧਰਤੀ ਹੈ ਜਿੱਥੇ ਪੁੱਤਰਾਂ ਦੇ ਦਾਨੀ ਦੀ ਬਖਸ਼ਿਸ਼ ਹੈ ਤੇ ਇੱਥੇ ਦੇ ਉਹ ਲੋਕ ਨੇ ਜਿਹੜੀਆਂ ਆਪਣੀਆਂ ਧੀਆਂ ਨੂੰ ਜਦੋਂ ਦਾਨ ਕਰਦੇ ਨੇ ਤੇ ਉਸ ਪਿਓ ਨੂੰ ਉਸ ਮਾਂ ਨੂੰ ਇੱਕ ਦਾਨੀ ਦਾ ਰੁਤਬਾ ਦਿੱਤਾ ਜਾਂਦਾ, ਬੜਾ ਵੱਡਾ ਰੁਤਬਾ ਹੁੰਦਾ ਹੈ। ਪਰ ਇਸ ਦੇ ਦੌਰਾਨ ਹੀ ਇਹ ਕੀ ਹਾਲਾਤ ਬਣ ਗਏ ਕਿ ਅੱਜ ਉਹ ਸਾਰਾ ਕੁਝ ਵਪਾਰ ਬਣ ਕੇ ਸਾਹਮਣੇ ਆ ਰਿਹਾ, ਕਿੱਥੇ ਭੁੱਲਦੇ ਪਏ ਆ, ਕਿੱਥੇ ਕਿਤੇ ਨਾ ਕਿਤੇ ਚੂਕ ਕਿਹੜੀ ਹੋ ਰਹੀ ਹੈ? ਦੇਖੋ ਜੀ, ਜਦੋਂ ਆਪਾਂ ਇਹ ਗੱਲ ਤਾਂ ਮੰਨ ਲਈਏ ਕਿ ਅੱਜ ਜਿਹਦਾ ਵੀ ਹੱਥ ਪੈਂਦਾ, ਜਿਹਦੀ ਇੰਨੀ ਪਹੁੰਚ ਹੈਗੀ ਆ ਕਿ ਉਹ ਜਹਾਜ਼ ਤੇ ਚੜ੍ਹਨ ਤੱਕ ਦਾ ਖਰਚਾ ਜਿਹੜਾ ਉਹ ਕਰ ਸਕਦਾ, ਉਹ ਚਾਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਇਸ ਧਰਤੀ ਤੋਂ ਦੂਰ ਭੇਜ ਦਵਾਂ। ਜੇ ਇਹਨੇ ਆਪਣਾ ਭਵਿੱਖ ਜਾਂ ਇਹਨੇ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਣਾਉਣਾ ਤੇ ਇਹਨੂੰ ਮੈਂ ਇੱਥੋਂ ਕੱਢ ਦਵਾਂ, ਚਾਹੇ ਉਹ ਕੈਨੇਡਾ ਚਲੇ ਜਾਵੇ, ਅਮੈਰੀਕਾ ਚਲੇ ਜਾਵੇ, ਇੰਗਲੈਂਡ ਚਲੇ ਜਾਵੇ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕਿਸੇ ਵੀ ਮੁਲਕ ਦੇ ਵਿੱਚ। ਹੁਣ ਤਾਂ ਮਤਲਬ ਯੂਰੋਪੀਅਨ ਜਿਹੜਾ ਬੈਲਟ ਹੈ ਉੱਥੇ ਵੀ ਆਪਾਂ ਉਸ ਚੀਜ਼ ਨੂੰ ਵੀ ਬੱਚੇ ਜਿਹੜੇ ਉਹ ਲੈਣ ਲੱਗ ਗਏ ਕਿ ਇੱਥੋਂ ਨਿਕਲਣਾ ਵਾ ਚਾਹੇ ਉੱਥੇ ਹੀ ਚਲੇ ਜਾਈਏ ਅਸੀਂ। ਇਹ ਤਾਂ ਇੱਕ ਸੱਚਾਈ ਅਸੀਂ ਮੰਨ ਲਈਏ। ਹੁਣ ਜਿਹੜਾ ਵਿਆਹਾਂ ਵਾਲਾ ਵਿੱਚ ਸ਼ੁਰੂ ਹੋਇਆ ਕੰਮ ਕਿ ਬੱਚੀ ਨੇ ਬੈਂਡ ਲੈ ਲਏ, ਪੜ੍ਹ ਲਿਆ, ਨੰਬਰ ਚੰਗੇ ਲੈ ਲਏ ਤੇ ਉਹਨਾਂ ਦੇ ਉਹਦੇ ਉੱਤੇ ਖਰਚਾ ਜਿਹੜਾ ਮੁੰਡੇ ਦੇ ਪਰਿਵਾਰ ਨੇ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਬਾਹਰ ਚਲੇ ਗਈ, ਉੱਥੇ ਜਾ ਕੇ ਫਿਰ ਕਿਸੇ ਤਰ੍ਹਾਂ ਦੀ ਪਤਾ ਨੀ ਬੱਚੀ ਨੂੰ ਜਾਂ ਕੋਈ ਮੁਸ਼ਕਲ ਆਈ ਜਾਂ ਕਿਵੇਂ ਮੁੰਡੇ ਕੁੜੀ ਦੇ ਵਿੱਚ ਆਪਸੀ ਕੋਈ ਤਕਰਾਰ ਹੁੰਦਾ, ਕੀ ਭਾਣਾ ਵਾਪਰਦਾ ਤੇ ਉਹ ਜਿਹੜਾ ਰਿਸ਼ਤਾ ਹੈ ਉਹ ਟੁੱਟਣ ਕਿਨਾਰੇ ਆ ਜਾਂਦਾ ਜਾਂ ਟੁੱਟ ਜਾਂਦਾ। ਇਹ ਇੱਕ ਪੰਜਾਬ ਦੀ ਜਿਹੜੀ ਅੱਜ ਦੀ ਨਵੀਂ ਜਿਹੜੀ ਆ ਉਹ ਪ੍ਰੋਬਲਮ ਸਾਹਮਣੇ ਆ ਰਹੀ ਹੈ। ਦੇਖੋ ਜੀ, ਕਾਰਨ ਇਹਦਾ ਮੇਨ ਇਹ ਆ ਕਿ ਲੜਕੀ ਦੇ ਉੱਤੇ ਪੈਸੇ ਲਗਾ ਕੇ, ਗਰੀਬ ਘਰ ਦੀ ਲੜਕੀ ਆ, ਉਹਨਾਂ ਦੀ ਪਹੁੰਚ ਨਹੀਂ ਆ ਕਿ ਉਹ ਆਪਣੀ ਬੱਚੀ ਦੇ ਉੱਤੇ ਇੰਨਾ ਖਰਚਾ ਕਰਨ ਤੇ ਉਹਨੂੰ ਬਾਹਰ ਦੇ ਦੇਸ਼ ਤੱਕ ਜਿਹੜਾ ਵਾ ਉਹ ਸੈੱਟ ਕਰ ਦੇਣ। ਤੇ ਇਹ ਕੋਈ ਮੈਂ ਨੀ ਕਹਿੰਦੀ ਕਿ ਬੜੀ ਬੁਰੀ ਗੱਲ ਆ ਕਿ ਲੜਕੇ ਦੇ ਪਰਿਵਾਰ ਨੇ ਪੈਸੇ ਲਾ ਦੇ, ਨਹੀਂ, ਇਹ ਤਾਂ ਜੀ ਹੱਥੋਂ ਹੱਥ ਇੱਕ ਦੂਜੇ ਦੀ ਮਦਦ ਸਹਾਇਤਾ ਜਿਹੜੀ ਆ ਇਹ ਦੁਨੀਆਂ ਦਾ ਦਸਤੂਰ ਆ, ਹੁੰਦੀ ਆਈ ਆ ਤੇ ਗਾਂਹ ਵੀ ਹੁੰਦੀ ਰਹਿਣੀ ਆ। ਪਰ ਇੱਥੇ ਅਸੀਂ ਚੁੱਕ ਕਿੱਥੇ ਗਏ, ਗਲਤੀ ਕਿੱਥੇ ਹੋ ਗਈ ਸਾਡੇ ਕੋਲੋਂ, ਜਦੋਂ ਅਸੀਂ ਨਾ ਤੇ ਮੁੰਡੇ ਦੇ ਪਰਿਵਾਰ ਦੀ ਕੋਈ ਕੁੜੀ ਦੀ ਮਦਦ ਕਰਨ ਵਾਲੀ ਕੋਈ ਮੈਂਟੈਲਿਟੀ ਸੀਗੀ, ਇਹੋ ਜਿਹੀ ਉਹਨਾਂ ਦੇ ਵਿੱਚ ਬਿਲਕੁਲ ਨਹੀਂ ਸੀਗੀ। ਅਸਲ ਦੇ ਵਿੱਚ ਇੱਕ ਜਿਹੜਾ ਬੇਸ ਆ ਰਿਸ਼ਤੇ ਦਾ ਉਹ ਲਾਲਚ ਬਣ ਗਿਆ, ਲਾਲਸਾ ਬੇਸ ਰਿਸ਼ਤੇ ਦਾ, ਇੰਨੇ ਪਵਿੱਤਰ ਪਾਕ ਰਿਸ਼ਤੇ ਨੂੰ ਕਹਿ ਲਓ ਕਿ ਲਾਲਚ ਵੱਸ ਹੋ ਕੇ ਜਾਂ ਆਪਣੀ ਚਾਹਤ ਲਾਲਸਾ ਪੂਰੀ ਕਰਨ ਲਈ ਉਸ ਪਵਿੱਤਰ ਰਿਸ਼ਤੇ ਨੂੰ ਵਰਤਿਆ ਗਿਆ, ਠੀਕ ਹੈ ਜੀ। ਰਿਸ਼ਤੇ ਦੀ ਅਹਿਮੀਅਤ ਨੂੰ ਘਟਾ ਕੇ ਜਦੋਂ ਪੈਸਾ ਜਿਹੜਾ ਵਾ ਉਹ ਜਾਮਣ ਰੱਖ ਕੇ ਤੇ ਉਹ ਇਹ ਇੱਕ ਸਾਧਨ ਲੱਭਿਆ ਗਿਆ ਕਿ ਇਸ ਤਰੀਕੇ ਦੇ ਨਾਲ ਵੀ ਅਸੀਂ ਬਾਹਰ ਜਾ ਸਕਦੇ ਹਾਂ, ਜਾਂ ਸਾਡਾ ਨਲਾਇਕ ਪੁੱਤਰ ਜਿਹੜਾ ਵਾ ਉਹ ਖੁਦ ਤੇ ਪੜ੍ਹ ਨਹੀਂ ਸਕਦਾ ਤੇ ਕੁੜੀ ਇਹੋ ਜਿਹੀ ਲੱਭ ਲਈਏ ਜਿਹੜੀ ਥੋੜੀ ਜਿਹੀ ਮਤਲਬ ਇੰਨੀ ਕੁ ਪੜ੍ਹੀ ਲਿਖੀ ਹੋਵੇ ਕਿ ਆਈਲੈਟਸ ਤੇ ਬੈਂਡ ਲੈ ਲਵੇ, ਪੂਰੇ ਉਹਨੇ ਨੰਬਰ ਲੈ ਲਵੇ ਤੇ ਆਪੇ ਫਿਰ ਬਾਹਰ ਚਲੇ ਜਾਵੇ ਤੇ ਫਿਰ ਅਸੀਂ ਉਹਦੇ ਤੇ ਪੈਸਾ ਲਾਈਏ ਤੇ ਉਹ ਕੁਝ ਸਾਲਾਂ ਬਾਅਦ ਸਾਡੇ ਮੁੰਡੇ ਨੂੰ ਲੈ ਜਾਵੇ।
ਹੁਣ ਇਹਦੇ ਪਿੱਛੇ ਕਾਰਨ ਸਿਰਫ ਇੱਕ ਇਹੀ ਨਹੀਂ ਗਾ ਕਿ ਮਾਂ ਬਾਪ ਸਿਰਫ ਪੈਸੇ ਦੀ ਖਾਤਰ ਆਪਣੇ ਮੁੰਡਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਆ। ਇੱਥੇ ਗੌਰ ਕਰਿਓ, ਵੱਡਾ ਕਾਰਨ ਜਿਹੜਾ ਵਾ ਨਾ ਉਹ ਇਹ ਆ ਕਿ ਚੰਗੇ ਭਲੇ ਘਰ ਜਿਨ੍ਹਾਂ ਦੀਆਂ ਇੱਥੇ ਜ਼ਮੀਨ ਜਾਇਦਾਦਾਂ ਵੀ ਚੰਗੀਆਂ ਨੇ, ਉਹ ਵੀ ਆਪਣੇ ਲੜਕਿਆਂ ਨੂੰ ਇਸ ਧਰਤੀ ਤੋਂ ਦੂਰ ਭੇਜਣਾ ਚਾਹੁੰਦੇ ਨੇ, ਜਿਹਦਾ ਵੱਡਾ ਕਾਰਨ ਇੱਥੇ ਸ਼ਰੇਆਮ ਵਿਕਣ ਡਿਆ ਨਸ਼ਾ। ਹਰ ਮਾਂ ਬਾਪ ਚਾਹੁੰਦਾ ਕਿ ਮੈਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤ ਨੂੰ ਨਸ਼ੇ ਦੇ ਨਾਲ ਮਰਦਾ ਵੇਖਣ ਦੀ ਬਜਾਏ ਜੇ ਮੈਂ ਖੋਰੇ ਇਹਦੀ ਧਰਤੀ ਬਦਲ ਦੇਵਾਂ, ਇਹਦੀ ਦੋਸਤ ਮਿੱਤਰ ਇਹਦੀ ਕੰਪਨੀ ਇਹਦਾ ਇੱਕ ਤਰ੍ਹਾਂ ਨਾਲ ਬਦਲਾਅ ਇਹਦੀ ਜ਼ਿੰਦਗੀ ਦੇ ਵਿੱਚ, ਜੇ ਨਵੇਂ ਦੇਸ਼ ਦੇ ਵਿੱਚ ਨਵੀਂ ਧਰਤੀ ਤੇ ਪੈਰ ਰੱਖ ਕੇ ਆਊਗਾ ਤੇ ਖੋਰੇ ਉੱਥੇ ਜਾ ਕੇ ਇਹ ਸੁਧਰ ਜਾਵੇ। ਇਸ ਦਾ ਇਹ ਕਾਰਨ ਇੱਕ ਨਸ਼ਾ ਵੀ ਆ, ਇੱਕ ਬੇਰੁਜ਼ਗਾਰੀ ਵੀ ਆ, ਨਸ਼ਾ ਵੀ। ਮਾਂ ਬਾਪ ਸਦੀ ਵੀ ਵਿਛੋੜਾ ਦੇਖਣ ਦੀ ਥਾਂ ਦੂਜੇ ਵਿਦੇਸ਼ ਵਿੱਚ ਵਾਲਾ ਵਿਛੋੜਾ ਦੇਖਣਾ ਚਾਹੁੰਗੇ। ਹਾਂਜੀ ਹਾਂਜੀ ਹਾਂਜੀ, ਉਹ ਵੇਖਣਾ ਚਾਹੁੰਗੇ ਕਿ ਖੋਰੇ ਵਿਆਹ ਕਰ ਦੀਏ, ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਜਾਵੇ ਤੇ ਲੜਕੀ ਬਾਹਰ ਚਲੇ ਜਾਵੇ, ਫਿਰ ਇਹਨੂੰ ਬੁਲਾ ਲਵੇ। ਇਹੋ ਜਿਹੇ ਪਰਿਵਾਰਾਂ ਨੂੰ ਮੈਂ ਖੁਦ ਜਾਣਦੀ ਹਾਂ, ਮੇਰਾ ਵਾਹ ਪਿਆ ਇਹੋ ਜਿਹੇ ਪਰਿਵਾਰਾਂ ਨਾਲ ਜਿਨ੍ਹਾਂ ਨੂੰ ਪੈਸੇ ਵੱਲੋਂ ਭਾਵੇਂ ਇੱਥੇ ਕੋਈ ਕਿੱਲਤ ਨਹੀਂ ਸੀਗੀ, ਵਧੀਆ ਜ਼ਮੀਨ ਜਾਇਦਾਦਾਂ ਦੇ ਮਾਲਕ ਨੇ ਉਹ, ਪਰ ਫਿਰ ਵੀ ਉਹ ਆਪਣੇ ਬੱਚੇ ਨੂੰ ਇੱਥੇ ਕੱਢਣਾ ਚਾਹੁੰਦੇ ਨੇ ਕਿਉਂਕਿ ਇੱਥੇ ਉਹਦੀ ਜਿਹੜੀ ਉਹਦਾ ਸਰਕਲ ਆ ਨਾ ਦੋਸਤਾਂ ਮਿੱਤਰਾਂ ਦਾ, ਉਹ ਸਾਰਾ ਨਸ਼ੇ ਚ ਗਲਤਾਨ ਹੋਇਆ ਹੋਇਆ ਤੇ ਉਹ ਚਾਹੁੰਦੇ ਨੇ ਕਿ ਜੇ ਨਿਕਲ ਸਕਦੇ ਹਾਂ ਤੇ ਇੱਥੋਂ ਨਿਕਲੀਏ, ਬੱਚਾ ਜਾ ਸਕਦਾ ਬਾਹਰ ਤੇ ਇਹਨੂੰ ਭੇਜ ਦਈਏ। ਠੀਕ ਹੈ ਜੀ, ਪਰ ਹੁਣ ਜਿਹੜਾ ਕਰੰਟ ਜਿਹੜਾ ਦੌਰ ਇਹ ਚੱਲ ਰਿਹਾ ਜਿਹਦੇ ਚ ਕਿਹਾ ਜਾ ਰਿਹਾ ਕਿ ਉੱਥੇ ਜਾ ਕੇ ਧੋਖੇ ਹੋ ਰਹੇ ਆ ਇੰਨਾ ਇੰਨਾ ਪੈਸਾ ਲਾ ਕੇ, ਉਹਦੇ ਵਿੱਚ ਮੈਂ ਥੋੜੀ ਜਿਹੀ ਇਹ ਗੱਲ ਜ਼ਰੂਰ ਕਵਾਂਗੀ ਕਿ ਇੱਥੇ ਆਪਾਂ ਜਿਹੜੀ ਦੋਸ਼ ਵਰਗੀ ਇਲਜ਼ਾਮ ਵਰਗੇ ਜਿਹੜੀ ਗੱਲ ਆ ਨਾ ਉਹ ਨਾ ਆਪਾਂ ਆਪਣੀਆਂ ਬੇਟੀਆਂ ਦੇ ਸਿਰ ਤੇ ਨਾ ਹੀ ਬੇਟਿਆਂ ਦੇ ਸਿਰ ਸੁੱਟੀਏ। ਇਹਦੇ ਵਿੱਚ ਇਸ ਤਰ੍ਹਾਂ ਦਾ ਲਿੰਗ ਵਿਤਕਰਾ ਨਾ ਕਰੋ ਕਿ ਮੁੰਡੇ ਗਲਤ ਆ ਕਿ ਕੁੜੀਆਂ ਗਲਤ ਆ, ਨਹੀਂ ਜੀ, ਕਿਸੇ ਮੋੜ ਤੇ ਕਿਸੇ ਚ ਵੀ ਗਲਤੀ ਹੋ ਸਕਦੀ ਆ। ਹਰ ਕੇਸ ਦਾ ਆਪਣਾ ਪੱਖ ਹੁੰਦਾ, ਕਿਤੇ ਤੁਹਾਨੂੰ ਕੁੜੀ ਗਲਤ ਨਜ਼ਰ ਆਏਗੀ, ਕਿਤੇ ਤੁਹਾਨੂੰ ਲੜਕਾ ਮੁੰਡਾ ਗਲਤ ਨਜ਼ਰ ਆਏਗਾ, ਪਰ ਮੁੱਖ ਦੋਸ਼ੀ ਜਿਹੜੇ ਆ ਉਹ ਅਸੀਂ ਖੁਦ ਆ, ਸਾਡਾ ਸਮਾਜ ਆ। ਕਿਉਂਕਿ ਇੱਕ ਤਾਂ ਜੀ ਠੀਕ ਆ ਬੇਰੁਜ਼ਗਾਰੀ ਹੋ ਗਈ ਇੱਥੇ, ਇੱਥੋਂ ਦਾ ਜਿਹੜਾ ਸਿਸਟਮ ਆ ਉਹ ਪੂਰੀ ਤਰ੍ਹਾਂ ਨਾਲ ਭ੍ਰਿਸ਼ਟ ਹੋ ਗਿਆ, ਸਭ ਗੱਲਾਂ ਸੱਚ ਨੇ, ਪਰ ਇਹਨਾਂ ਸੱਚਾਈਆਂ ਨੇ ਸਾਡੀ ਜਿਹੜੀ ਮਾਨਸਿਕਤਾ ਵਾ ਉਹਨੂੰ ਇੰਨੀ ਬੁਰੀ ਤਰ੍ਹਾਂ ਨਾਲ ਇੰਨੀ ਮਤਲਬ ਕਹਿ ਦੋ ਨਾ ਨਿਮਾਣ ਵੱਲ ਜਿਹੜਾ ਵਾ ਉਹ ਲੈ ਗਈ ਆ ਕਿ ਅਸੀਂ ਸਾਡਾ ਸਮਾਜਿਕ ਢਾਂਚਾ ਲੜਖੜਾ ਗਿਆ ਵਾ। ਸਾਡੇ ਜਿਹੜੇ ਬਾਹਰ ਬੈਠੇ ਹੋਏ ਰਿਸ਼ਤੇਦਾਰ ਨੇ ਜਾਂ ਇੱਥੇ ਵੱਡੇ ਨੇ ਜਾਂ ਭੈਣ ਭਰਾ ਨੇ, ਉਹ ਬੱਚਿਆਂ ਦੀ ਪਰਵਰਿਸ਼ ਹੀ ਇਸ ਹਿਸਾਬ ਨਾਲ ਕਰ ਰਹੇ ਆ ਕਿ ਸ਼ੁਰੂ ਤੋਂ ਹੀ ਬੱਚੇ ਨੂੰ ਐਂ ਲੱਗਣ ਲਗਾ ਦਿੰਦੇ ਆ, ਉਹਨੂੰ ਪੁੱਛਦੇ ਆ ਅੱਗੇ ਜਿਵੇਂ ਪੁੱਛਿਆ ਜਾਂਦਾ ਸੀ ਤੂੰ ਵੱਡਾ ਹੋ ਕੇ ਕੀ ਬਣੇਗਾ, ਹੁਣ ਪੁੱਛਿਆ ਜਾਂਦਾ ਤੂੰ ਵੱਡਾ ਹੋ ਕੇ ਕਿੱਥੇ ਜਾਏਗਾ, ਕੈਨੇਡਾ ਕਿ ਅਮੈਰੀਕਾ। ਮਤਲਬ ਇੰਜ ਦਿਖਾਉਣ ਲਗਾ ਦਿੱਤਾ ਆਪਾਂ ਕਿ ਜਿਹੜੀ ਕਾਮਯਾਬੀ ਆ ਨਾ ਜ਼ਿੰਦਗੀ ਦੀ ਉਹ ਸਿਰਫ ਤੇ ਸਿਰਫ ਇੱਥੋਂ ਚਲੇ ਜਾਣ ਵਿੱਚ ਹੀ ਆ। ਨਹੀਂ, ਇਸ ਤਰ੍ਹਾਂ ਦਾ ਵੀ ਕੁਛ ਨਹੀਂ ਆ, ਅਸੀਂ ਟੈਂਪਰਰੀ ਬੇਸ ਤੇ ਦੂਜੀਆਂ ਧਰਤੀਆਂ ਤੇ ਜਾਣਾ, ਦੂਜੇ ਦੇਸ਼ਾਂ ਦੇ ਨਾਲ ਤੋਂ ਕਮਾਈ ਕਰਨੀ ਆ, ਸੰਬੰਧ ਵੀ ਬਣਾਉਣੇ ਹੁੰਦੇ, ਲੋਕ ਹੀ ਬਣਾਉਂਦੇ ਨੇ ਸੰਬੰਧ, ਕੱਲੀਆਂ ਸਰਕਾਰਾਂ ਥੋੜੀ ਨਾ ਕੁਛ ਕਰਨ ਜੋਗੀਆਂ ਹੁੰਦੀਆਂ ਨੇ, ਲੋਕਾਂ ਦਾ ਹੀ ਆਵਾਜਾਈ ਇੱਧਰ ਉੱਧਰ ਹੁੰਦੀ ਹੈ ਤੇ ਦੇਸ਼ਾਂ ਦੇ ਨਾਲ ਰਿਸ਼ਤੇ ਜੁੜਦੇ ਨੇ। ਪਰ ਅਸੀਂ ਇਸ ਚੀਜ਼ ਚ ਇੰਨੀ ਬੁਰੀ ਤਰ੍ਹਾਂ ਗਲਤਾਨ ਹੋ ਗਏ ਹਾਂ ਬਾਹਰ ਜਾਣ ਦਾ, ਜਿਹੜੀ ਇਹ ਹੈਗੀ ਆ ਕਿ ਬਾਹਰ ਬੈਠੇ ਰਿਸ਼ਤੇਦਾਰ ਵੀ ਐਂ ਗੱਲ ਕਰਦੇ ਨੇ ਜਿਹਦਾ ਧੀ ਪੁੱਤ ਇੱਥੇ ਬੈਠਾ ਨਹੀਂ ਬਾਹਰ ਜਾ ਸਕ ਰਿਹਾ, ਕਿ ਜਿਵੇਂ ਉਹ ਕਿਸੇ ਚੀਜ਼ ਦੇ ਕੈਪੇਬਲ ਹੀ ਨਹੀਂ ਹੈ। ਜੇ ਤੁਸੀਂ ਬਾਹਰ ਨਹੀਂ ਚੜ ਜਾਂਦੇ, ਜਹਾਜ਼ ਨਹੀਂ ਚੜਦੇ, ਤੇ ਇੰਜ ਮਤਲਬ ਉਹਨੂੰ ਦਿਖਾਇਆ ਜਾਂਦਾ ਕਿ ਤੇਰੇ ਵਿੱਚ ਤਾਂ ਕੋਈ ਮਤਲਬ ਹੈ ਹੀ ਨਹੀਂ ਕ੍ਰੈਡੀਬਿਲਟੀ, ਤੂੰ ਤੇਰਾ ਤੇ ਮਤਲਬ ਹੋਣਾ ਨਾ ਹੋਣਾ ਇੱਕ ਬਰਾਬਰ ਹੀ ਆ। ਮਤਲਬ ਜਿਹੜੀ ਕਾਮਯਾਬੀ ਦੀ ਸਿਖਰ ਹੈ ਉਹ ਕਹਿ ਲਓ ਕਿ ਇਹਨੂੰ ਹੀ ਦੇ ਦਿੱਤਾ ਗਿਆ। ਇਹ ਗਲਤ ਰੁਝਾਨ ਇੱਕ ਜਿਹੜਾ ਉਹ ਪੈਦਾ ਹੋ ਰਿਹਾ, ਇਸੇ ਰੁਝਾਨ ਦੇ ਵਿੱਚ ਹੀ ਅੰਨੇ ਹੋਏ ਧੜਾ ਧੜ ਲੋਕ ਜਿਹੜੇ ਆ ਰਿਸ਼ਤਿਆਂ ਵੱਲ ਭੱਜ ਰਹੇ ਨੇ। ਇੱਕੋ ਹੀ ਗੱਲ ਹੈ, ਮੁੰਡੇ ਕੁੜੀ ਨੇ ਬਾਹਰ ਚਲੇ ਜਾਣਾ ਵਾ, ਕੋਈ ਪਰਿਵਾਰ ਦਾ ਜਿਹੜਾ ਵਾ ਅੱਗਾ ਪਿੱਛਾ ਨਹੀਂ ਦੇਖਿਆ ਜਾਂਦਾ, ਕੋਈ ਛਾਣਬੀਨ ਨਹੀਂ ਕੀਤੀ ਜਾਂਦੀ, ਬਸ ਮੁੰਡਾ ਬਾਹਰ ਆ ਤੇ ਕੁੜੀ ਤੋਰ ਦੋ, ਕੁੜੀਆਂ ਕੱਲੀਆਂ ਤੋਰ ਦਿੰਦੇ ਨੇ, ਮੁੰਡੇ ਬਾਰੇ ਕੋਈ ਉਹ ਨਹੀਂ ਦੇਖਦੇ ਕਿ ਉਹਦਾ ਦੀਨ ਧਰਮ ਕੀ ਆ, ਉਹਦਾ ਇਖਲਾਕ ਕਿਹੋ ਜਿਹਾ ਵਾ, ਕੋਈ ਨਹੀਂ ਕਰਦੇ, ਬਸ ਬਾਹਰ ਆ ਜੀ, ਮੋਹਰ ਲੱਗੀ ਹੋਈ ਆ ਪਾਸਪੋਰਟ ਤੇ। ਈਵਨ ਕਿ ਬਾਹਰ ਦੇ ਦੇਸ਼ ਤੋਂ ਵਾਪਸ ਆਏ ਮੁੰਡਿਆਂ ਦੇ ਨਾਲ ਇਹ ਵੇਖਣ ਤੋਂ ਬਿਨਾਂ ਹੀ ਮਤਲਬ ਕੁੜੀ ਨੂੰ ਤੋਰ ਦਿੰਦੇ ਨੇ ਕਿ ਉਹ ਬਾਅਦ ਦੇ ਵਿੱਚ ਜਾ ਵੀ ਸਕਦਾ ਦੁਬਾਰਾ ਕਿ ਨਹੀਂ ਜਾ ਸਕਦਾ। ਬਸ ਜੀ ਪਾਸਪੋਰਟ ਵੇਖਿਆ, ਉੱਤੇ ਇੱਕ ਮੋਹਰ ਲੱਗੀ ਹੋਈ ਆ, ਰਿਸ਼ਤੇਦਾਰਾਂ ਨੂੰ ਦੱਸਦੇ ਫਿਰਨਗੇ ਬੜੇ ਮਾਣ ਨਾਲ, ਅਮੈਰੀਕਾ ਰਿਟਰਨ ਡਿਆ ਜੀ, ਕੈਨੇਡਾ ਰਿਟਰਨ ਡਿਆ,
इंग्लैंड रिटर्न डिया, वह भाई ये तो देख लो कि गां वह जा भी सकता कि उतो डिपोर्ट होकर तो नहीं आया, एक बार मोर विखा देंगे। मतलब जोड़ा पहला रिश्ता जोड़न तो पहला छानबीन की जाती सी ना, वो नहीं रही हूँ। कम से कम चलो अज के दौर के आधुनिक युग आ, बच्चे अपने साथी आप भी वेखभाल रहे आ, वो तुसी कम से कम बच्चे ही कह दो कि जिस दिन लड़ते असि लगा रहे हैं तू खुद ओदी ही कोई जांच पड़ताल कर ला, नहीं बस मुंडा बाहरों आया जां कुड़ी दे बैंड आ गया फलाने ने पैसा ला दिता बिना किसी छानबीन तो, उन्होंने जड़े उस परिवार के रिश्तेदार आ उन्होंने गलबात करन तो बिना ही बस असी बाहर दे नालों जड़ा रिश्ता जोड़न लग पे आ ना, ये गल गलत हो रही है। तो जामन विच पैसा रखा जाता वा, मतलब ह्यूज ऑफ अमाउंट जी दिखाई जाती है इन्ने लख, एक तरीके नाल मतलब कुड़ी का बाप जड़ा वा वो सौदा करता है कि मैं मेरे वालों ओदी बच्ची आ ते मुंडे दे वालों पैसा रखा जाता, तो यह तो फिर कोई गल नहीं ना। फिर तुसी दसो जिहड़े रिश्ते इस तरह के हो रहे ने उस बच्चे ते जां बच्ची दे मन दे विच इस रिश्ते दीआं की कदर कीमत होणगीआं, की सत्कार होएगा, कोई सत्कार नहीं रह सकता। हाँ जेकर व्याह होया, व्याह तो कोई 6 महीने बाद साल बाद दोनों पति पत्नी ने लड़का लड़की आपस च बैठ के सलाह कर के दे अपने च आ गुणिया, जां लड़का कवे कि तेरे विच आ गुणिया, तू इन्ना पढ़ सकती है, इन्ने नंबर लै सकती है, तेरी अंग्रेजी चंगी आ, है ना, तू मेरे नालों बेहतर जानती है, इंटैलीजेंट आ, जां कुड़ी मुंडे नूं कवे कि तू कर सकदा, ते आपसी सहचार दे नाल एक जना पढ़ लवे दूजा ते पैसे ला लवे होर जिम्मेवारियां नूं चक लवे, ते मैनू नहीं लगता कि कोई गलत गल आ, इस तरह होना चाहिए। बट हुण की हो रहा कि आपस दे विच ते उन्हां दी जान पछाण ही नहीं हुई हुंदी, कुड़ी व्याह हुंदा हफ्ता कुड़ी इत्थे रहिंदी आ जां 10 दिन रहिंदी आ, जहाज चढ़ा दित्ती जांदी आ, उस कुड़ी दी कोई अटैचमेंट ही नहीं हुई ना तुहाडे परिवार नाल ना उस लड़के दे नाल, उन्नू कोई मतलब उहदे अंदर उहदे दिल दे विच कोई खिच ही नहीं आ। उत्थे जाके बहुती वार बहुते बच्चे जिहड़े आ उह किसे होर पासे उलार खा जांदे आ, ते फिर जिहड़ा वा उह नतीजे असीं माड़े तों माड़े जिहड़े आ उह भुगतदे आ, पिछे मापे भुगतदे ने। पर मैनू लगता है कि जे किसी का भला भी करना जरूरी नहीं है कि सिर्फ मुंडे दे परिवार वाले सौदेबाजी करते होंगे, दुनिया चंगी भी आ माड़ी भी आ, किते चंगे परिवार भी ने जिहड़े सच्ची चंगी नीयत दे विचों किसी गरीब घर की धी नूं अपनी नौं बनाउंदे होंगे, कहिंदे होंगे कि उन्हां दी कुड़ी च चंगा गुण आ, ते साडे सानू गुरु ने सारा कुछ दिता वा ते असीं उहदे ते खर्चा करदे आ उहनूं सैटल करदे आ, इस तरह के परिवार भी होणगे। पर पहला बच्ची का दिल तो जितो, पहला उन्हें अपने परिवार च ढालो, अपने जिवें मैं कहनी ना हर समाज के हर धर्म के हर नसल हर जात अपने कायदे कानून होंगे ने, इस तरह हर परिवार के भी कुछ अपने कायदे कानून होंगे ने। पहला तुसी दूसरे घर तो बच्ची आई है तुहाडे घर विच, पहला उन्हें अपने घर दी रौह रीतां विच ढल तो लैण दिओ, उन्हें थोड़ा मौका तो दो, वो एक पड़ा आएगा जदों वो खुद भी कहेगी ते जदों तुहानू भी लगेगा कि हुण मतलब असी अपनी बच्ची दे उत्ते जिहड़ा वा इहनूं एक टाइम देईए, इहनूं सहूलतां देईए, जे इहदे विच कोई गुण हैगा वा ते भी बुलंदियां नूं छूए, ठीक है जी। पर नीयत जिहड़ी आ वो पिछे साफ होनी चाहीदी आ, ना कि उस नीयत दे विच सिर्फ बाहर जाण दा लालच लालसा, ये चीज नहीं होनी चाहीदी। इत्थे मार खा गए असीं जदों असीं पैसा विखा के एक तरीके नाल कह लो कि दूजिआं दीआं धीआं नूं बच्चिआं नूं, मैं ते पता नहीं इह गलत लफ्ज़ होएगा कि ठीक होएगा, वरतन लग गए आ, इह गलत है जी। तुसीं अपने बच्चिआं नूं मुंडिआं नूं जां ते बेटिआं नूं इन्ने काबिल बनाओ, जां फिर तुसीं दूसरे दे जदों बच्ची नूं घर लै के आउंदे हो उहनूं पहलां अपने घर दा अंग हिस्सा तां बण लैण दिओ, पहलां ही ना उहदे ते जदों तुसीं बड़ी सियानी गल कीती है कि भावे लड़की का पक्ष होवे जां लड़के का पक्ष होवे, एक पाक पवित्र रिश्ते दे विच जिहड़ी जालसाजी आ गई है, धोखेबाजी आ गई है, ये साडे कोल बहुत वड्डी गलती हो गई है, ते अपने कोल समा बहुत सीमित है। तुसी पंजाब दी जम्मी धी नूं पंजाब दे जम्मे पुत नूं जिहने इत्थे रहना जां उहने विदेश विच चले जाणा उहनूं किवें सुनेहा दिंदे हो ਵੀ ਭਾਈ ਤੂੰ ਭਾਵੇਂ ਸੱਤ ਸਮੁੰਦਰੋਂ ਪਾਰ ਜਾ ਪਰ ਤੂੰ ਆਪਣੇ ਕੁੰਡੇ ਤੇ ਕਾਇਮ ਰਹਿਣਾ
ਤੇ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਉਹ ਤੇਰੇ ਨਾਲ ਤੂੰ ਪੱਲਾ ਫੜ ਕੇ ਜਿਉਣਾ ਹੈ। ਤੁਸੀਂ ਕਿਵੇਂ ਪੰਜਾਬ ਦੀ ਧੀ ਨੂੰ ਤੇ ਪੁੱਤ ਨੂੰ ਇਹ ਸੁਨੇਹਾ ਦਿਓਗੇ? ਦੇਖੋ ਜੀ, ਜਿਵੇਂ ਮੈਂ ਆਪਾਂ ਆਪਣੀ ਗੱਲ ਕੀਤੀ ਆ ਕਿ ਮਾਪਿਆਂ ਨੂੰ ਇਹ ਵੇਖਣਾ ਕਰਨਾ ਚਾਹੀਦਾ ਵਾ ਕਿ ਪਹਿਲਾਂ ਜਿਹੜੀ ਆ ਉਹ ਪੜਚੋਲ ਕੀਤੀ ਜਾਵੇ, ਤੇ ਬੱਚਿਆਂ ਤੋਂ ਪਹਿਲਾਂ ਮੈਂ ਮਾਪਿਆਂ ਨੂੰ ਇਹ ਗੱਲ ਕਹਿਣੀ ਚਾਹਾਂਗੀ ਕਿ ਜਦੋਂ ਤੁਸੀਂ ਚਾਹੇ ਪੈਸਾ ਬੱਚੀ ਤੇ ਖਰਚ ਰਹੇ ਹੋ, ਚਾਹੇ ਕੁੜੀ ਦਾ ਬਾਪ ਬੱਚੇ ਤੇ ਬੇਟੇ ਤੇ ਖਰਚ ਰਿਹਾ, ਉਹ ਪੈਸਾ ਇਸ ਤਰੀਕੇ ਨਾਲ ਨਾ ਖਰਚੋ ਕਿ ਉਹਨਾਂ ਨੂੰ ਇਹ ਬੋਝ ਲੱਗਣ ਲੱਗ ਜਾਵੇ, ਉਹਨਾਂ ਨੂੰ ਇਹ ਲੱਗੇ ਕਿ ਅਸੀਂ ਸਿਰਫ ਇਸ ਪੈਸੇ ਦੇ ਨਾਲ ਇਸ ਰਿਸ਼ਤੇ ਦੇ ਵਿੱਚ ਬੱਝੇ ਹਾਂ, ਤੇ ਇੱਥੇ ਮਤਲਬ ਪਿਆਰ ਸਤਿਕਾਰ ਵਾਲੀ ਕੋਈ ਗੱਲ ਨਹੀਂ ਆ, ਸਿਰਫ ਪੈਸਾ ਜਾਮਣਿਆ, ਇੱਕ ਤੇ ਇਹ ਚੀਜ਼ ਨਾ ਲੱਗੇ ਬਿਲਕੁਲ ਵੀ। ਦੂਸਰੀ ਗੱਲ ਜਿਹੜੀ ਬੱਚਿਆਂ ਨੂੰ ਸੁਨੇਹਾ ਦੇਣ ਦੀ ਆ, ਅੱਜ ਦੀ ਪੰਜਾਬ ਦੇ ਜਿਹੜੇ ਧੀਆਂ ਪੁੱਤਰ ਨੇ, ਪੰਜਾਬ ਦਾ ਮਾਣ ਨੇ, ਪੰਜਾਬ ਦਾ ਕੱਲ੍ਹ ਨੇ, ਭਵਿੱਖ ਨੇ, ਉਹਨਾਂ ਨੂੰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗੀ ਕਿ ਕਈ ਵਾਰ ਮਾਪਿਆਂ ਦੀਆਂ ਕੁਛ ਮਜ਼ਬੂਰੀਆਂ ਵੀ ਹੁੰਦੀਆਂ ਨੇ, ਤੇ ਤੁਸੀਂ ਉਹਨਾਂ ਮਜ਼ਬੂਰੀਆਂ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ, ਸਗੋਂ ਦੀ ਤੁਹਾਨੂੰ ਜਿਸ ਵੀ ਜੋ ਵੀ ਇੱਕ ਕਹਿ ਲਓ ਕਿ ਟਾਸਕ ਦਿੱਤਾ ਜਾਂਦਾ ਵਾ ਜਾਂ ਜਿਸ ਵੀ ਰਾਹ ਤੇ ਤੁਹਾਨੂੰ ਮਾਪਿਆਂ ਵੱਲੋਂ ਤੋਰਿਆ ਜਾ ਰਿਹਾ, ਉੱਥੇ ਨੈਤਿਕ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦਿਆਂ, ਠੀਕ ਹੈ, ਆਪਣੀ ਧਾਰਮਿਕ ਮਰਿਆਦਾ ਨੂੰ ਦੀ ਪਾਲਣਾ ਕਰਦਿਆਂ, ਉਹਨੂੰ ਆਪਣੀ ਅੱਖਾਂ ਸਾਹਮਣੇ ਰੱਖ ਕੇ, ਠੀਕ ਹੈ, ਉਹ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਤੁਸੀਂ ਇੱਕ ਦੂਜੇ ਦੇ ਨਾਲ ਵਫਾ ਕਰ ਸਕਦੇ ਹੋ, ਤੇ ਉਹ ਕਰਨ ਦੀ ਕੋਸ਼ਿਸ਼ ਕਰੋ। ਸਿਰਫ ਮਟੀਰੀਅਲਿਸਟਿਕ ਹੋ ਕੇ ਇਸ ਐਸ਼ ਪ੍ਰਸਤੀ ਦੇ ਵਿੱਚ ਜਾਂ ਜਿਹੜੀ ਦੁਨੀਆਂ ਦੀ ਬਾਹਰਲੀ ਝੂਠੀ ਚਮਕ ਦਮਕ ਆ ਨਾ, ਉਹਦੇ ਕੋਲੋਂ ਲੁੱਟੇ ਨਾ ਜਾਓ। ਜਦੋਂ ਤੁਸੀਂ ਉਹਦੇ ਵਹਿਣ ਚ ਵਹਿੰਦੇ ਹੋ ਨਾ, ਝੂਠੇ ਚ, ਉਹਦਾ ਉਹ ਇੱਕ ਤਰ੍ਹਾਂ ਲੱਗਦਾ ਹੈ ਕਿ ਉਸ ਚਮਕ ਦਮਕ ਨੇ ਤੁਹਾਨੂੰ ਲੁੱਟ ਲਿਆ। ਜਦੋਂ ਤੁਹਾਡਾ ਜਿਹੜੀ ਕਹਿ ਲਓ ਕਿ ਆਪਣਾ ਸਵੈ ਮਾਨ ਸੀ, ਤੁਸੀਂ ਉਹੀ ਗਵਾ ਬੈਠੇ, ਤੇ ਫਿਰ ਮਤਲਬ ਜਿਹੜੀ ਆ ਉਹ ਤੁਸੀਂ ਰੁਲ ਜਾਓਗੇ। ਤੇ ਇਸ ਕਰਕੇ ਮੇਰਾ ਤੇ ਇਹੀ ਬੱਚੇ ਬੱਚੀਆਂ ਨੂੰ ਸੁਨੇਹਾ ਹੈ ਕਿ ਚਾਹੇ ਤੁਸੀਂ ਇੱਥੇ ਨਾਲ ਰਹਿ ਰਹੇ ਹੋ ਆਪਣੇ ਪਾਰਟਨਰ ਦੇ, ਚਾਹੇ ਤੁਹਾਨੂੰ ਕਿਸੇ ਵੀ ਕਾਰਨਾਂ ਕਾਰਨ, ਜ਼ਰੂਰੀ ਨਹੀਂ ਆ ਕਿ ਕੋਈ ਲਾਲਚ ਵੱਸ ਹੋ ਕੇ ਦੂਰ ਭੇਜਦਾ ਹੋਊਗਾ, ਇੰਨੀ ਦੂਰ ਉਹ ਕੁਝ ਮਜਬੂਰੀਆਂ ਵੀ ਹੁੰਦੀਆਂ ਨੇ, ਕਿੱਥੇ ਵੀ ਉਹ, ਤੇ ਜਿਹੜੀਆਂ ਨੈਤਿਕ ਧਾਰਮਿਕ ਸਮਾਜਿਕ ਕਦਰਾਂ ਕੀਮਤਾਂ ਵਾ, ਇਹਨਾਂ ਦਾ ਸਤਿਕਾਰ ਜ਼ਰੂਰ ਬਹਾਲ ਰੱਖੋ। ਇਹੀ ਮੇਰਾ ਜੀ ਅੱਜ ਦੀ ਇਸ ਆਪਣੇ ਵਿਚਾਰ ਤੰਦਰੇ ਦੇ ਵਿੱਚ ਸਭ ਸੁਨੇਹਾ ਹੈ, ਤੇ ਮੈਂ ਆਪ ਦਾ ਆਪਦੇ ਟੀਵੀ ਦਾ ਦਰਸ਼ਕਾਂ ਦਾ ਜਿਹੜਾ ਉਹ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਜਹਾਂ ਜਾਈਏ ਤਹਾਂ ਸੁਹੇਲੇ, ਬਹੁਤ ਤੁਹਾਡਾ ਸੁੰਦਰ ਸੁਨੇਹਾ। ਭਗਤ ਫਰੀਦ ਸਾਹਿਬ ਨੇ ਬੜਾ ਸੁੰਦਰ ਸੁਨੇਹਾ ਦਿੱਤਾ ਹੈ ਕਿ ਜੇਕਰ ਪ੍ਰੇਮ ਦੇ ਰਿਸ਼ਤੇ ਵਿੱਚ ਲੱਭ ਹੈ ਤਾਂ ਨੇਹ ਜਿਹੜਾ ਹੁੰਦਾ ਉਹ ਕੂੜਾ ਹੁੰਦਾ ਹੈ, ਤੇ ਇਹ ਰਿਸ਼ਤਾ ਤਾਂ ਫਿਰ ਇਵੇਂ ਹੋ ਗਿਆ ਜਿਵੇਂ ਟੁੱਟੇ ਹੋਏ ਛੱਪੜ ਥੱਲੇ ਵਰਦੇ ਮੀਂਹ ਵਿੱਚ ਭਿੱਜਣ ਤੋਂ ਬਚਣਾ ਹੋਵੇ, ਬਚਿਆ ਨਹੀਂ ਜਾ ਸਕਦਾ। ਤਾਂ ਫਰੀਦ ਸਾਹਿਬ ਦੇ ਬੋਲ ਬੜੇ ਕਮਾਲ ਦੇ ਨੇ, ਫਰੀਦਾ ਜਾ ਲੱਭ ਤਾਂ ਨੇਹੋਂ ਕਿਆ, ਲੱਭ ਤਾਂ ਕੂੜਾ ਨੇਹੋਂ, ਕਿੱਚੜ ਝੱਤ ਲਗਾਈਐ ਛੱਪੜ ਟੁੱਟੈ ਮੇਹੋਂ। ਤੇ ਗੁਰਬਾਣੀ ਨੇ ਸਾਨੂੰ ਇਹ ਵੀ ਸੰਦੇਸ਼ ਦਿੱਤਾ ਕਿ ਲੋਭੀ ਕਾ ਵਿਸਾਹੋ ਨਾ ਕੀਜੇ, ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਧੋ ਹੈ ਜਿੱਥੇ ਹੱਥ ਨਾ ਪਾਏ। ਵੀ ਇਹ ਜਿਹੜੇ ਲੋਭੀ ਹੁੰਦੇ ਨੇ ਨਾ, ਇਹ ਮਨੁੱਖ ਨੂੰ ਧੂ ਧੂ ਕੇ ਉੱਥੇ ਸੁੱਟ ਦਿੰਦੇ, ਮੁੜ ਕੇ ਹੱਥ ਨਹੀਂ ਪੈਂਦਾ ਕਿ ਹੁਣ ਡੁੱਬ ਚੱਲਿਆ ਤੇ ਨਿਕਲੀਏ ਕਿਵੇਂ। ਤੇ ਤੁਸੀਂ ਬਹੁਤ ਸੰਖੇਪ ਸਮੇਂ ਵਿੱਚ ਪੰਜਾਬ ਦੀਆਂ ਧੀਆਂ ਨੂੰ, ਪੰਜਾਬ ਦੇ ਪੁੱਤਰਾਂ ਨੂੰ ਸੁਨੇਹਾ ਦਿੱਤਾ ਹੈ, ਤੇ ਆਪਾਂ ਬਿਲਕੁਲ ਪ੍ਰੋਗਰਾਮ ਨੂੰ ਬੰਦ ਕਰਦੇ ਹੋਏ ਤੁਸੀਂ ਅਖੀਰ ਵਿੱਚ ਆਪਣੇ ਦਿਲ ਦੀ ਕੋਈ ਗੱਲ ਜ਼ਰੂਰ ਕਹਿ ਕੇ ਜਾਓ। ਹਾਂ, ਮੈਂ ਆਪਣੇ ਦਿਲ ਦੀ ਗੱਲ ਜਿਹੜੀ ਆ ਨਾ, ਉਹ ਮੈਂ ਇੱਕ ਕਵਿਤਾ ਦੇ ਰੂਪ ਵਿੱਚ, ਜਦੋਂ ਇੱਕ ਕੇਸ ਜਿਹੜਾ ਹੁਣੇ ਹੁਣੇ ਆਪਣੇ ਪੰਜਾਬ ਚ ਵਾਪਰਿਆ, ਉਹ ਟ੍ਰੈਜਡੀ ਸਾਹਮਣੇ ਆਈ ਸੀਗੀ ਨਾ, ਤੇ ਦਿਲ ਚੋਂ ਕੁਝ ਅੱਖਰ ਲਿਖੇ ਸੀਗੇ, ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗੀ ਇੱਥੋਂ। ਜ਼ਰੂਰ ਜੀ। ਕੋਈ ਕਰੋ ਉਪਾਅ, ਲੱਗਿਆ ਇਹ ਗ੍ਰਹਿਣ ਮੇਰੇ ਪੰਜਾਬ ਨੂੰ, ਮੰਗਵੀਆਂ ਦੇ ਦਿਓ ਛਾਵਾਂ, ਹਾਏ ਲੱਗਾ ਸੇਕ ਮੇਰੇ ਬਾਗ ਨੂੰ, ਕੋਈ ਵਾਰੋ ਮਿਰਚਾਂ ਲੱਥੇ ਨਜ਼ਰ ਸੋਹਣੇ ਪੰਜਾਬ ਦੀ, ਉਧਾਰੀ ਦੇ ਦਿਓ ਨੀ ਲੁੱਟੀ ਗਈ ਏ ਖੁਸ਼ਬੂ ਸੂਹੇ ਗੁਲਾਬ ਦੀ, ਕੋਈ ਬਣ ਸੱਚਾ ਵਿਚੋਲਾ ਬਚਾ ਲਓ ਨਸਲ ਪੰਜਾਬ ਦੀ, ਧੀ ਪੁੱਤ ਵਕਾਊ ਵਿਕ ਗਈ ਅਣਖੇਸ ਆਪ ਦੀ, ਗਦਾਰ ਤੇ ਦਲਾਲ ਰਲ ਵੇਚ ਗਏ ਬੱਚਿਆਂ ਦੇ ਚਾਵਾਂ ਨੂੰ,
ਡਾਲਰਾਂ ਦੇ ਲਾਲਚ ਨੇ ਹਾਏ ਖੇਡ ਬਣਾਤਾ ਪਾਕ ਲਾਵਾਂ ਨੂੰ। ਦੇਖੋ ਇਹ ਦਲਾਲ ਤੇ ਗਦਾਰ ਜਿਹੜੇ ਆ ਨਾ ਇਹਨਾਂ ਨੇ ਸਾਡੇ ਬੱਚਿਆਂ ਦੇ ਚਾਵਾਂ ਨੂੰ ਵੇਚ ਦਿੱਤਾ। ਜੇ ਪੰਜਾਬੀਓ ਬਚ ਜਾਓ, ਹੋਸ਼ ਕਰੋ, ਸੰਭਲੋ। ਇਨਸੀ ਸੁਨੇਹਾ ਜਿਹੜਾ ਵਾ ਉਹ ਮੈਂ ਦੇ ਰਹੀ ਹਾਂ ਕਿ ਆਪਣੀ ਨਸਲ ਨੂੰ ਬਚਾ ਲਓ ਜੇ ਪੰਜਾਬ ਬਚਾਉਣਾ। ਜਿਤੇ ਕਿਤੇ ਨਸ਼ੇ ਦੇ ਵਹਿਣ ਚ ਰੁੜ ਰਹੀ ਆ, ਕਿਤੇ ਬਾਹਰ ਦੇ ਮੁਲਕਾਂ ਨੂੰ ਜਿਹੜਾ ਵਹਾਅ ਜਿਹੜਾ ਵਗਿਆ ਅੰਨਾ ਵਹਾਅ, ਉਹਨੂੰ ਆਪਾਂ ਆਪਣੇ ਕੰਟਰੋਲ ਦੇ ਵਿੱਚ ਕਰ ਲਈਏ ਤਾਂ ਬਚ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀਆਂ ਕਲਮਾਂ ਨੂੰ ਸਾਡਾ ਪ੍ਰਣਾਮ। ਬਹੁਤ ਵਿਰਲੀਆਂ ਭੈਣਾਂ ਤੇ ਧੀਆਂ ਨੇ, ਪੋਟਿਆਂ ਤੇ ਗਿਣੀਆਂ ਜਾ ਸਕਦੀਆਂ ਨੇ, ਜਿਹੜੇ ਸਮਾਜ ਦੇ ਦੁੱਖ ਤੇ ਦਰਦ ਨੂੰ ਸਮਝਦੀਆਂ ਹੋਈਆਂ, ਕੇਵਲ ਅੰਦਰ ਨਹੀਂ ਬੈਠੀਆਂ ਹੋਈਆਂ, ਮੈਦਾਨ ਵਿੱਚ ਨਿੱਤਰ ਕੇ ਸਮਾਜ ਨੂੰ ਸੇਧ ਦੇ ਰਹੀਆਂ ਨੇ। ਤੇ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਤੇ ਇਸ ਚਿੰਤਾ ਚੋਂ ਵੀ ਬਾਹਰ ਨਿਕਲਦੇ ਹਾਂ ਕਿ ਜਿੱਥੇ ਤੁਹਾਡੇ ਵਰਗੀਆਂ ਭੈਣਾਂ ਤੇ ਧੀਆਂ ਸਮਾਜ ਨੂੰ ਸੇਧਤ ਕਰਨ ਵਾਸਤੇ ਅੱਗੇ ਆਉਣਗੀਆਂ ਤੇ ਆਉਣ ਵਾਲੇ ਭਵਿੱਖ ਵਿੱਚ ਹਨੇਰਾ ਨਹੀਂ, ਰੋਸ਼ਨੀ ਜ਼ਰੂਰ ਹੋਏਗੀ, ਚਾਨਣ ਜ਼ਰੂਰ ਹੋਏਗਾ। ਪੁਕਾਰ ਟੀਵੀ ਨਾਲ ਜੁੜਿਓ। ਪ੍ਰੋਫੈਸਰ ਜਸਪ੍ਰੀਤ ਕੌਰ ਜੀ, ਅਸੀਂ ਇਹ ਆਸ ਕਰਾਂਗੇ ਕਿ ਸਮੇਂ-ਸਮੇਂ ਤੇ ਤੁਸੀਂ ਜਿਹੜੀਆਂ ਸਮਾਜ ਅੱਗੇ ਚੁਣੌਤੀਆਂ ਨੇ ਉਹਦੇ ਤੇ ਸਾਡੇ ਨਾਲ ਜੁੜਦੇ ਰਹੋਗੇ ਤੇ ਆਪਣੇ ਵੱਡਮੁੱਲੇ ਵਿਚਾਰ ਜਿਹੜੇ ਉਹ ਸਾਂਝੇ ਕਰਦੇ ਰਹੋਗੇ। ਪੁਕਾਰ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।